ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਸਪੈਸ਼ਲ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਦੋਂ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤਾਂ ਇਸ ਹਫ਼ਤੇ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ, ਅਹਿਮ ਖ਼ਬਰਾਂ ਨੇ, ਖਾਸ ਤੌਰ 'ਤੇ ਜਦੋਂ ਅਸੀਂ ਦੋਵਾਂ ਪੰਜਾਬਾਂ ਦੀ ਗੱਲ ਕਰਦੇ ਹਾਂ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ, ਇੰਡੀਆ ਅਤੇ ਪਾਕਿਸਤਾਨ ਦੇ ਜਿਹੜੇ ਰਿਲੇਸ਼ਨ ਨੇ, ਜਿਵੇਂ ਉਹ ਇਵੋਲਵ ਹੋ ਰਹੇ ਆ, ਜਿਵੇਂ ਇੱਕ ਦੂਜੇ ਨਾਲ ਸੰਬੰਧਿਤ ਜਿਹੜੀ ਦੋਵੇਂ ਪਾਸਿਓਂ ਜਿਹੜੀ ਲੀਡਰਸ ਦੀ ਬਿਆਨਬਾਜ਼ੀ ਹੈ, ਉਹਦੇ 'ਤੇ ਤਬਸਰਾ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਇਸ ਹਫ਼ਤੇ ਦੀਆਂ ਜਿਹੜੀਆਂ ਅਹਿਮ ਖ਼ਬਰਾਂ ਨੇ ਉਹਨਾਂ ਦੇ ਉੱਤੇ, ਉਹ ਭਾਵੇਂ ਜਦੋਂ ਇੰਡੀਆ ਅਤੇ ਪਾਕਿਸਤਾਨ ਦਾ ਇਹ ਕ੍ਰਿਕਟ ਵਰਲਡ ਕੱਪ ਸੀਰੀਜ਼ ਦੇ ਦੌਰਾਨ ਹੋਇਆ ਮੈਚ ਹੋਵੇ, ਉਹਦੇ ਵਿੱਚ ਇੰਡੀਆ ਦੀ ਜਿੱਤ ਤੋਂ ਬਾਅਦ ਜਿਵੇਂ ਅਮਿਤ ਸ਼ਾਹ ਦਾ ਰਿਐਕਸ਼ਨ ਸੀ, ਅਤੇ ਉੱਧਰੋਂ ਫਿਰ ISPR ਦੇ ਆਸਿਫ ਗਫੂਰ ਵੱਲੋਂ ਜਿਵੇਂ ਉਹਨਾਂ ਦਾ ਜਵਾਬ ਦਿੱਤਾ ਗਿਆ, ਇਹ ਮਸਲਾ ਹੋਵੇ, ਜਾਂ ਭਾਰਤ ਦੀ ਜਿਹੜੀ ਪਾਰਲੀਮੈਂਟ ਹੈਗੀ ਹੈ 17ਵੀਂ ਲੋਕ ਸਭਾ ਦੇ ਵਿੱਚ, ਜਿਵੇਂ ਇੱਕ ਧਰਮ ਨਿਰਪੱਖ ਹੋਣ ਦੇ ਬਾਵਜੂਦ ਜਿਵੇਂ ਅੱਲਾਹੂ ਅਕਬਰ ਤੋਂ ਲੈ ਕੇ ਜੈ ਸ਼੍ਰੀ ਰਾਮ, ਜੈ ਮਾਤਾ ਦੀ ਦੇ ਜਿਹੜੇ ਨਾਅਰੇ ਲੱਗੇ ਵੱਡੀ ਤਾਦਾਦ ਦੇ ਵਿੱਚ, ਇੱਕ ਕਿਵੇਂ ਉਹਦੇ ਵਿੱਚ ਇੱਕ ਫਿਰਕੂ ਮਾਹੌਲ ਨਜ਼ਰ ਆਇਆ, ਇਹ ਇਸ਼ੂ ਅਤੇ ਨਾਲ ਨਾਲ ਜਿਹੜੇ ਇੰਟਰਨੈਸ਼ਨਲ ਇਸ਼ੂਜ਼ ਹੈਗੇ ਆ, ਉਹ ਅਮਰੀਕਾ ਨਾਲ ਸੰਬੰਧਿਤ ਹੋਵੇ, ਅਮਰੀਕਾ ਦੀ ਇਰਾਨ ਦੇ ਨਾਲ ਇਸ ਵਕਤ ਜਿਹੜੀ ਇੱਕ ਅਸੀਂ ਸ਼ਬਦੀ ਜੰਗ ਕਹਿ ਰਹੇ ਹਾਂ, ਇਹ ਕਿਸ ਹੱਦ ਤੱਕ ਲੀਡ ਕਰ ਸਕਦੀ ਹੈ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਅੱਜ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਸੀਨੀਅਰ ਜਰਨਲਿਸਟ ਸਰਦਾਰ ਮਲਿਕ ਸਾਹਿਬ, ਸਲੀਮ ਮਲਿਕ, ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਦੋਵਾਂ ਦਾ ਸਵਾਗਤ ਹੈ ਜੀ। ਅਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਲਿਕ ਸਾਹਿਬ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਾਂ। ਪਹਿਲਾ ਇਸ਼ੂ ਮੈਂ ਇਹੀ ਚਾਹੂੰਗਾ, ਜਿਹੜਾ ਇੰਡੀਆ ਅਤੇ ਪਾਕਿਸਤਾਨ ਦੇ ਰਿਲੇਸ਼ਨਸ ਹੈਗੇ ਨੇ, ਜਿਵੇਂ ਉਹਦੇ ਵਿੱਚ ਖਟਾਸ ਦੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ, ਪਰ ਕਿਵੇਂ ਆ ਜਿਹੜਾ ਹੁਣ ਆਪਸ ਦੇ ਵਿੱਚ ਹਮੇਸ਼ਾ ਕ੍ਰਿਕਟ ਦੀ ਬੜੀ ਵੱਡੀ ਇੱਕ ਹਾਈਪ ਹੁੰਦੀ ਹੈ, ਜਦੋਂ ਦੋਵਾਂ ਦੇਸ਼ਾਂ ਦਾ ਮੈਚ ਹੁੰਦਾ ਇੰਡੀਆ ਅਤੇ ਪਾਕਿਸਤਾਨ ਦਾ, ਸਾਰੀਆਂ ਜਿਹੜੀਆਂ ਨਜ਼ਰਾਂ ਨੇ ਉਸ ਮੈਚ ਦੇ ਉੱਤੇ ਟਿਕੀਆਂ ਹੁੰਦੀਆਂ ਨੇ, ਸੱਟੇ ਦਾ ਬਾਜ਼ਾਰ ਵੀ ਕਾਫੀ ਗਰਮ ਹੁੰਦਾ। ਹੁਣ ਜਦੋਂ ਇੰਡੀਆ ਜਿੱਤਿਆ, ਜਿਵੇਂ ਅਮਿਤ ਸ਼ਾਹ ਨੇ ਰਿਐਕਟ ਕੀਤਾ, ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਜਿੱਤ ਗਏ ਹਾਂ, ਇਹ ਜਿਹੜੀ ਸਟ੍ਰਾਈਕ ਹੈ ਦੁਬਾਰਾ ਸਰਜੀਕਲ ਸਟ੍ਰਾਈਕ ਦਾ ਨਾਮ ਦਿੰਦੇ ਹਾਂ, ਉਹਦੇ ਨਾਲ ਜੋੜਦੇ ਹਾਂ ਉਹ ਕੀਤਾ। ਫਿਰ ਉੱਧਰੋਂ ISPR ਦੇ ਆਸਿਫ ਗਫੂਰ ਸਾਹਿਬ ਦਾ, ਉਹਨਾਂ ਨੇ ਜਿਸ ਹਿਸਾਬ ਨਾਲ ਉਹਦਾ ਜਵਾਬ ਦਿੱਤਾ ਕਿ ਯਾਦ ਕਰੋ ਤੁਹਾਡੇ ਜਿਹੜੇ ਜਹਾਜ਼ ਸੀ ਅਸੀਂ ਕਿਵੇਂ ਡਿੱਗੇ ਸੀ, ਕੀ ਸਮਝਦੇ ਹੋ, ਕੀ ਕਹਿਣਾ ਚਾਹੋਗੇ ਇਸ ਬਾਰੇ, ਇਹ ਜਿਹੜੀ ਬਿਆਨਬਾਜ਼ੀ ਹੈ ਕਿੰਨੀ ਕੁ ਜਾਇਜ਼ ਹੈ? ਦੇਖੋ, ਬਦਕਿਸਮਤੀ ਨਾਲ ਅਸੀਂ ਅੱਜ 21ਵੀਂ ਸਦੀ ਦੇ ਅੰਦਰ ਜਿੱਦਾਂ ਜਿੱਥੇ ਹਰ ਚੀਜ਼ ਸਾਡੇ ਦਸਤਰ ਦੇ ਅੰਦਰ ਹੈ, ਹੁਣ ਤੁਹਾਡੇ ਕੋਲ ਇੱਕ ਸਮਾਰਟਫੋਨ ਅਗਰ ਹੈ ਤਾਂ ਤੁਸੀਂ ਪੂਰੀ ਦੁਨੀਆ ਦੇ ਨਾਲ ਜੁੜੇ ਹੋਏ ਹੋ। ਸਪੋਰਟਸ, ਸ਼ੋ ਬਿਜ਼ਨਸ, ਇਹ ਦੋ ਜਿਹੜੇ ਡਿਪਾਰਟਮੈਂਟ ਸੀ, ਸ਼ੋਭੇ ਸੀ, ਇਹਦੇ ਅੰਦਰ ਲੋਕ ਯੂਨੀਵਰਸਲ ਸੀ। ਖਿਲਾੜੀ ਜਿਹੜਾ ਹੈ ਉਹ ਕਿਸੇ ਕੌਮ ਦਾ, ਕਬੀਲੇ ਦਾ ਜਾਂ ਇੱਕ ਮੁਲਕ ਦਾ ਖਿਲਾੜੀ ਨਹੀਂ ਹੁੰਦਾ ਸੀ ਅਗਰ ਉਹਦੀ ਕਾਰਕਰਦਗੀ ਬਹੁਤ ਵਧੀਆ। ਇਸੇ ਤਰ੍ਹਾਂ ਹੁਣ ਹਾਲੀਵੁੱਡ ਦੇ ਜਿਹੜੇ ਸਟਾਰ ਸੀ, ਅਸੀਂ ਬਚਪਨ ਦੇ ਅੰਦਰ ਜਦੋਂ ਪਾਕਿਸਤਾਨ, ਪੰਜਾਬ ਦੇ ਅੰਦਰ ਜਾਂ ਇੰਡੀਆ ਦੇ ਅੰਦਰ ਰਹਿੰਦੇ ਸੀ ਅਤੇ ਅਸੀਂ ਸਾਰੇ ਜਿਹੜੇ ਹਾਲੀਵੁੱਡ ਦੇ ਸਟਾਰਸ ਦੀ ਮੂਵੀ ਦੇਖਦੇ ਸੀ ਅਤੇ ਉਹ ਸਾਡੇ ਆਈਕੋਨ ਹੁੰਦੇ ਸੀ ਉਸ ਜ਼ਮਾਨੇ ਤੇ। ਲੇਕਿਨ ਇਹ ਜਿਹੜੇ ਲੋਕ ਹੁੰਦੇ ਸੀ, ਸਪੋਰਟਸ ਜਿਹੜਾ ਹੈ ਉਹਦਾ ਪੋਲੀਟਿਕਸ ਤੋਂ ਕੋਈ ਤਲਕ ਨਹੀਂ ਸੀ। ਇਸੇ ਤਰ੍ਹਾਂ ਸ਼ੋ ਬਿਜ਼ਨਸ ਦੇ ਅੰਦਰ ਵੀ, ਚਾਹੇ ਦੁਨੀਆ ਭਰ ਦਾ, ਉਹ ਲੋਕ ਅੱਛੇ ਫਨਕਾਰ ਨੂੰ ਪਸੰਦ ਕਰਦੇ ਸੀ, ਅੱਛੇ ਗਵੱਈਏ ਨੂੰ ਪਸੰਦ ਕਰਦੇ ਸੀ, ਕਲਾਕਾਰ ਨੂੰ ਪਸੰਦ ਕਰਦੇ ਸੀ। ਲੇਕਿਨ ਬਸ ਕਿਸਮਤੀ ਨਾਲ ਇਹ ਅਗਰ ਅਮਿਤ ਸ਼ਾਹ ਹੁਣ ਇੰਟੀਰੀਅਰ ਮਿਨਿਸਟਰ ਵੀ ਬਣ ਗਿਆ ਅਤੇ ਹੁਣ ਅਗਰ ਇਸ ਕਿਸਮ ਦੇ ਬਿਆਨਾਂ ਦਿੰਦਾ ਹੈ ਤਾਂ ਉਸ ਤੋਂ ਸਾਬਿਤ ਇਹ ਹੋ ਰਿਹਾ ਸੀ ਕਿ ਇਹ ਕ੍ਰਿਕਟ ਮੈਚ ਨਹੀਂ ਸੀ, ਇਹ ਉਹਨਾਂ ਨੇ ਹੋਰ ਇੱਕ ਵਾਰੀ ਫਿਰ ਆਪਣੀ ਟੀਮ ਨੂੰ ਹੀ ਉਹਨਾਂ ਨੇ ਕ੍ਰਿਟੀਸਾਈਜ਼ ਅਤੇ ਕੰਟਰੋਵਰਸ਼ਲ ਬਣਾ ਦਿੱਤਾ ਕਿ ਉਹ ਸ਼ਾਇਦ ਅਮਿਤ ਸ਼ਾਹ ਦੀ ਟੀਮ ਸੀ ਜਾਂ BJP ਸਰਕਾਰ ਦੀ ਕ੍ਰਿਕਟ ਟੀਮ ਸੀ, ਇਸ ਵਾਰ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਤੋਂ ਨਜ਼ਰ ਕੀ ਆਉਂਦਾ, ਨਜ਼ਰ ਇਹ ਆਉਂਦਾ ਹੈ ਕਿ ਉਹ ਲੋਕ ਕੋਈ ਵੀ ਇੱਦਾਂ ਦਾ ਮੌਕਾ ਜਿਹਦੇ ਅੰਦਰ ਪਾਕਿਸਤਾਨ ਦੇ ਨਾਲ ਕੋਈ ਉਹ ਬਦਮਾਸ਼ੀ ਦਾ ਸਲੂਕ, ਮੈਂ ਅਲਫਾਜ਼ ਇਸਤੇਮਾਲ ਕਰਾਂਗਾ, ਜਾਂ ਗੁੰਡਾਗਰਦੀ ਦੇ ਬਿਆਨਾਤ, ਅਗਰ ਉਹਨਾਂ ਨੂੰ ਮੌਕਾ ਮਿਲੇ ਤਾਂ ਉਹ ਦਿੰਦੇ। ਇਸ ਤੋਂ ਨਾ ਬਾਇਲੈਟਰਲ ਰਿਲੇਸ਼ਨ ਅੱਛੇ ਹੁੰਦੇ ਆ, ਔਰ ਇਸ ਕਿਸਮ ਦੇ ਬਿਆਨਾਂ ਨਾਲ ਤੁਸੀਂ ਇੱਜ਼ਤ ਨਹੀਂ ਕਮਾਉਂਦੇ। ਦੂਸਰੀ ਤਾਂ ਪਾਕਿਸਤਾਨ ਦੇ ISPR ਦੇ ਮੇਜਰ ਜਨਰਲ ਆਸਿਫ ਗਫੂਰ ਸਾਹਿਬ ਨੇ ਰਿਟਾਲੀਏਟ ਕੀਤਾ ਅਤੇ ਉਹਨਾਂ ਨੇ ਉਹੀ ਦੱਸਿਆ
ਕਿ ਬਾਈ ਤੁਸੀਂ ਪਹਿਲੇ ਵੀ ਫਰਵਰੀ ਦੇ ਅੰਦਰ ਇੱਕ ਯਾਨੀ ਐਡਵੈਂਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਐਡਵੈਂਚਰ ਤੁਹਾਨੂੰ ਮਹਿੰਗਾ ਪਿਆ ਸੀ, ਲੇਕਿਨ ਮੈਂ ਸਮਝਦਾ ਕਿ ਮੇਜਰ ਜਨਰਲ ਆਸਿਫ ਗਫੂਰ ਦੇ ਬਜਾਏ ਅਗਰ ਪਾਕਿਸਤਾਨ ਦੀ ਜਿਹੜੀ ਡੈਮੋਕ੍ਰੈਟਿਕ ਗਵਰਨਮੈਂਟ ਹੈ ਪੀ ਟੀ ਆਈ ਦੀ ਜਿਹਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆ, ਅਗਰ ਉਹਨਾਂ ਦਾ ਇੰਟੀਰੀਅਰ ਮਿਨਿਸਟਰ ਇਹ ਅਗਰ ਸਟੇਟਮੈਂਟ ਦੇ ਤਾਂ ਮੈਂ ਸਮਝਦਾ ਉਸ ਤੋਂ ਮੈਸੇਜ ਅੱਛਾ ਜਾਏਗਾ, ਨਹੀਂ ਤਾਂ ਉਹ ਮੈਸੇਜ ਇਹ ਜਾਂਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਗੌਰਮੈਂਟ ਹੈ ਜਿਹੜੀ ਇਲੈਕਟ ਹੋ ਕੇ ਆਈ ਹੈ ਆਵਾਮ ਦੇ ਵੋਟਾਂ ਤੋਂ, ਉਹਨਾਂ ਕੋਲ ਕੋਈ ਇਖਤਿਆਰ ਨਹੀਂ ਤੇ, ਲੇਕਿਨ ਇਸ ਕਿਸਮ ਦੀ ਬਿਆਨਬਾਜ਼ੀ ਖਾਸ ਤੌਰ ਤੇ ਅਮਿਤ ਸ਼ਾਹ ਜਾਂ ਕੋਈ ਦਿੰਦਾ ਹੈ ਤੇ ਉਸ ਤੋਂ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਉਹ ਇੰਡੀਅਨ ਜਿਹੜੀ ਕ੍ਰਿਕਟ ਟੀਮ ਹੈ ਉਹਨੂੰ ਡੀਮੋਰਲਾਈਜ਼ ਕਰ ਰਹੇ ਤੇ ਉਹਨਾਂ ਦਾ ਬਿਆਨ ਦੁਨੀਆ ਭਰ ਦੇ, ਮੈਂ ਦੇਖਿਆ ਕ੍ਰਿਕਟ ਦੇ ਜਿਹੜੇ ਸੀਨੀਅਰ ਖਿਲਾੜੀ ਕਦੀ ਹੁੰਦੇ ਸੀ ਤੇ ਹੁਣ ਜਿਹੜੇ ਉਹ ਐਂਕਰ ਬਣੇ ਆ ਜਾਂ ਦਾਨਿਸ਼ਵਰ ਆ ਕ੍ਰਿਕਟ ਐਨਾਲਿਸਟ, ਉਹਨਾਂ ਨੇ ਵੀ ਉਹਦੀ ਯਾਨੀ ਨਾ ਕੋਈ ਪਸੰਦਗੀਦੀ ਦਾ ਇਜ਼ਹਾਰ ਨਹੀਂ ਕੀਤਾ ਤੇ ਮੈਂ ਸਮਝਦਾ ਕਿ ਅਮਿਤ ਸ਼ਾਹ ਜਾਂ ਬੀਜੇਪੀ ਸਰਕਾਰ ਨੂੰ ਯਾਨੀ ਖੇਲ ਦੇ ਅੰਦਰ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ ਜੀ। ਡਾਕਟਰ ਸਾਹਿਬ ਤੁਹਾਡਾ ਕੀ ਟੇਕ ਹੈ ਇਹਦੇ ਤੇ, ਕੀ ਸਮਝਦੇ ਹੋ ਕਿ ਜਿਸ ਲੈਵਲ ਤੇ ਆ ਕੇ ਬਿਆਨਬਾਜ਼ੀ ਹੁਣ ਹੋ ਗਈ ਹੈ, ਜਿਵੇਂ ਮਲਿਕ ਸਾਹਿਬ ਨੇ ਦੱਸਿਆ ਵੀ ਖੇਡ ਹੋ ਗਈ, ਮਤਲਬ ਖੇਡ ਦਾ ਇੱਕ ਆਪਣਾ ਰੁਤਬਾ ਹੁੰਦਾ, ਉਹਦੇ ਵਿੱਚ ਇੱਕ ਟੀਮ ਸਪਿਰਿਟ ਵੀ ਹੁੰਦੀ ਹੈ, ਸਪੋਰਟਸਮੈਨ ਸਪਿਰਿਟ ਵੀ ਹੁੰਦੀ ਹੈ, ਅਤੇ ਇਹਦੇ ਵਿੱਚ ਮਤਲਬ ਇਸ ਲੈਵਲ 'ਤੇ ਆ ਕੇ ਜਿਹੜੀ ਪੋਲੀਟਿਕਸ ਦੀ ਬਿਆਨਬਾਜ਼ੀ ਹੈ, ਮਤਲਬ ਮੈਂ ਨੀਵੇਂ ਪੱਧਰ ਦੀ ਕਹੂੰਗਾ, ਕੀ ਸਮਝਦੇ ਹੋ ਇਸ ਬਾਰੇ? ਦੇਖੋ ਮਲਿਕ ਸਾਹਿਬ ਨੇ ਬੜੀ ਪਤੇ ਦੀ ਗੱਲ ਕੀਤੀ ਹੈ, ਅਮਰੀਕਾ 'ਚ ਜਿਸ ਜ਼ਮਾਨੇ 'ਚ ਸਲੇਵਰੀ ਸੀ ਉਦੋਂ ਵੀ ਦੋ ਸ਼ੋਭੇ ਦੋ ਫੀਲਡ ਐਸੇ ਸੀ ਜਿਹਦੇ 'ਚ ਗੋਰਾ ਵਾਈਟ ਗੋਰਾ ਨਹੀਂ ਸੀ ਰਹਿੰਦਾ, ਉਹ ਫੀਲਡ ਸੀ ਸਪੋਰਟਸ ਔਰ ਮਿਊਜ਼ਿਕ। ਅੱਜ ਵੀ ਜਦੋਂ ਅਸੀਂ ਅਫਰੀਕਨ ਅਮੈਰੀਕਨਸ ਨੂੰ ਦੇਖਦੇ ਹਾਂ ਕਿ ਇਹਨਾਂ ਦੋ ਫੀਲਡਸ ਦੇ ਵਿੱਚੋਂ ਐਕਸੈਲ ਕਰਦੇ ਨੇ, ਔਰ ਉਸ ਪੀਰੀਅਡ ਦੇ ਵਿੱਚ ਹਰ ਗੋਰਾ ਜਿਹੜਾ ਹੈ ਉਹ ਬਿਲਕੁਲ ਨੋਨ ਰੇਸਿਸਟ ਬਣ ਜਾਂਦਾ ਸੀ, ਔਰ ਇਹੀ ਰੀਜ਼ਨ ਹੈ ਕਿ ਅਫਰੀਕਨ ਅਮੈਰੀਕਨਸ ਨੂੰ ਮੌਕਾ ਮਿਲਿਆ ਇਹਨਾਂ ਦੋਨਾਂ ਫੀਲਡਸ ਦੇ ਵਿੱਚ ਐਕਸੈਲ ਕਰਨ ਦਾ। ਫਿਰ ਅਸੀਂ ਦੇਖਦੇ ਹਾਂ ਕਿ 60-70s ਦੇ ਵਿੱਚ ਇੱਕ ਰੁਝਾਨ ਸ਼ੁਰੂ ਹੋਇਆ ਜਿਹੜਾ ਕਿ ਸਪੋਰਟਸ ਦੇ ਵਿੱਚ ਪੋਲੀਟੀਕਲ ਮੈਸੇਜ ਦੇਣ ਦਾ ਸੀ ਪਲੇਅਰਸ ਦੇ ਬਿਹਾਫ ਤੇ, ਔਰ ਉਹਦੇ 'ਚ ਖਾਸ ਤੌਰ 'ਤੇ ਜਦੋਂ ਸਾਊਥ ਅਫਰੀਕਾ ਜਿਹਦੇ 'ਚ ਕਿ ਅਪਾਰਥਾਈਡ ਸੀ ਨਸਲੀ ਵਿਤਕਰਾ ਸੀ, ਔਰ ਪਲੇਅਰਸ ਨੇ ਇਹ ਲਾਈਨ ਲੈਣੀ ਸ਼ੁਰੂ ਕੀਤੀ ਕਿ ਵੀ ਜੇ ਉਹਨਾਂ ਦੀ ਟੀਮ ਆਏਗੀ ਤਾਂ ਅਸੀਂ ਨਹੀਂ ਖੇਡਣਾ, ਉਹਦੇ ਪਿੱਛੇ ਵੀ ਮੁਲਕਾਂ ਦੀ ਰਾਜਨੀਤੀ ਸੀ ਔਰ ਉਹ ਕਿਸੇ ਹੱਦ ਤੱਕ ਇਫੈਕਟਿਵ ਵੀ ਹੋਇਆ। ਫਿਰ ਉਹ ਵੀ ਪੀਰੀਅਡ ਆਇਆ ਜਦੋਂ ਕਿ ਡਿਫਲੈਕਸ਼ਨ ਹੋਣੀ ਸ਼ੁਰੂ ਹੋਈ, ਜਿਵੇਂ ਜਦੋਂ 84 'ਚ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਅਤੇ ਉਦੋਂ ਅਮਰੀਕਾ ਦੇ ਵਿੱਚ ਓਲੰਪਿਕਸ ਚੱਲ ਰਹੀਆਂ ਸੀ ਔਰ ਇੱਕ ਸਿੱਖ ਪਲੇਅਰ ਗੁਰਤੇਜ ਸਿੰਘ ਜਿਹੜੇ ਕਿ ਉਹਦੇ 'ਚ ਆਏ ਸੀ ਪਾਰਟੀਸਪੇਟ ਕਰਨ ਲਈ, ਉਹਨਾਂ ਨੇ ਜਿਹੜਾ ਇੱਥੇ ਡਿਫਲੈਕਟ ਕਰ ਲਿਆ ਸੀ, ਇਹ ਕਿਹਾ ਕਿ ਜੀ ਮੇਰੇ ਸਾਡੇ ਧਾਰਮਿਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਿਹੜਾ ਸਾਡੀ ਜਿੰਦ ਜਾਨ ਹੈ, ਔਰ ਉਹਨਾਂ ਨੇ ਕਿਹਾ ਮੈਂ ਵਾਪਸ ਨਹੀਂ ਜਾਣਾ ਔਰ ਉਹਨਾਂ ਨੇ ਇੱਥੇ ਅਸਾਈਲਮ ਰਿਸੀਵ ਕੀਤੀ। ਸੋ ਇਸ ਕਿਸਮ ਦਾ ਰਿਹਾ, ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਾਕਿਸਤਾਨ ਦਾ ਉਹ ਕ੍ਰਿਕਟ ਦਾ ਮੈਚ ਹੋਏ ਜਾਂ ਹਾਕੀ ਦਾ ਮੈਚ ਹੋਏ, ਜਿਹੜੀਆਂ ਕ੍ਰਿਕਟ ਹਾਲਾਂਕਿ ਕੋਈ ਉੱਥੇ ਦੀ ਨੇਟਿਵ ਗੇਮ ਨਹੀਂ ਰਹੀ, ਅੰਗਰੇਜ਼ਾਂ ਨੇ ਇੱਕ ਕਲੋਨੀਅਲ ਉਹਨਾਂ ਦਾ ਜਿਹੜਾ ਬੈਗੇਜ ਹੈ ਉਹ ਇਹਨਾਂ ਦੇਸ਼ਾਂ ਨੂੰ ਮਿਲਿਆ, ਕੋਈ ਇਹਦੇ 'ਚ ਕੋਈ ਇਹਨਾਂ ਦੀ ਖੇਡ ਨਹੀਂ ਹੈ, ਪਰ ਹਾਕੀ ਵੀ ਜਿਹਦੇ 'ਚ ਕਿ ਈਵਨ ਦੋਨੋਂ ਦੇਸ਼ਾਂ ਦੀਆਂ ਟੀਮਾਂ ਜਦੋਂ ਮੈਦਾਨ 'ਚ ਉਤਰਦੀਆਂ ਸੀ ਤਾਂ ਉਹ ਜੰਗ ਵਾਲਾ ਮਾਹੌਲ ਬਣ ਜਾਂਦਾ ਸੀ, ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਹਾਕੀ 'ਚ ਜੇ ਸੁਰਜੀਤ ਸਿੰਘ ਇੱਧਰ ਪਾਪੂਲਰ ਸੀ ਤਾਂ ਸ਼ਹਿਨਾਜ਼ ਉੱਧਰ ਵੀ ਉਵੇਂ ਮੰਨਿਆ ਜਾਂਦਾ ਸੀ ਇਕੱਲੇ ਇਕੱਲੇ ਪਲੇਅਰ ਦਾ, ਔਰ ਮੈਨੂੰ ਯਾਦ ਹੈ ਕਿ ਹਾਕੀ ਦਾ ਪ੍ਰੋਮੀਨੈਂਟ ਪਲੇਅਰ ਸੁਰਜੀਤ ਸਿੰਘ ਜਿਹੜਾ ਕਿ ਇੱਕ ਐਕਸੀਡੈਂਟ 'ਚ ਮਾਰਿਆ ਗਿਆ ਸੀ ਜਲੰਧਰ ਦੇ ਨੇੜੇ, ਔਰ ਉਹਨਾਂ ਦਿਨਾਂ ਦੇ ਵਿੱਚ ਹੀ ਕਿਉਂਕਿ ਉਹ ਥੋੜ੍ਹੇ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਵੀ ਸ਼ਾਇਦ ਗੁਜ਼ਰ ਰਹੇ ਸੀ ਅਤੇ ਪਾਕਿਸਤਾਨ ਦੇ ਸ਼ਹਿਨਾਜ਼ ਹੋਰਾਂ ਨੇ ਇੱਕ ਜਿਹੜਾ ਫੰਡ ਰੇਜ਼ਿੰਗ ਰੱਖਿਆ ਹੋਇਆ ਸੀ ਉਹਨਾਂ ਦੇ ਲਈ ਮਦਦ ਕਰਨ ਦੇ ਲਈ, ਸੋ ਦੋਸਤਾਨਾ ਸੰਬੰਧ ਵੀ ਆਪਸ 'ਚ ਸਨ, ਹਾਲਾਂ ਗਰਾਊਂਡ ਦੇ ਵਿੱਚ ਜਿਹੜੇ ਨੇ ਦੋਨੋਂ ਪਾਸੇ ਫੁੱਲੀ ਸਪਿਰਿਟਿਡ ਹੁੰਦਾ ਸੀ, ਲੇਕਿਨ ਦੋਨੋਂ ਪਾਸਿਓਂ ਐਡਮਾਇਰ ਕੀਤਾ ਜਾਂਦਾ ਸੀ ਕਿ ਵੀ ਵਾਹ 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 ਕਿਆ ਗੋਲ ਕੀਤਾ ਕੀ ਹੋਇਆ। ਔਰ ਇਹ ਜਿਉਂ ਜਿਉਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦੇ ਹਿੰਦੂਤਵੀਆਂ ਦੇ ਹੱਥ 'ਚ ਜਦੋਂ ਪਾਵਰ ਆਈ, ਔਰ ਇਸੇ ਤਰ੍ਹਾਂ ਹੀ ਜੇ ਮਿਊਜ਼ਿਕ ਦਾ ਸ਼ੋਭਾ ਦੇਖੀਏ, ਇੱਕ ਬੜਾ ਚੰਗਾ ਰੁਝਾਨ ਸ਼ੁਰੂ ਹੋ ਗਿਆ ਸੀ ਕਿ ਬੰਬੇ ਤੋਂ ਜਿਹੜੇ ਕਲਾਕਾਰ ਨੇ ਜਾਂ ਦੂਜੇ ਨੇ ਉਹ ਪਾਕਿਸਤਾਨ ਵਿਜ਼ਿਟ ਕਰਦੇ ਸੀ, ਪਾਕਿਸਤਾਨ ਦੇ ਕਲਾਕਾਰ ਉਹਨਾਂ ਦੇ ਸਿੰਗਰ, ਔਰ ਜਿਵੇਂ ਜੇ ਅਸੀਂ ਜਿੰਨੇ ਵੀ ਸੂਫੀ ਸਿੰਗਰ ਨੇ ਉਹਨਾਂ ਦਾ ਦੇਖੀਏ ਕਿ ਵੀ ਕਿਵੇਂ ਉਹ ਨੁਸਰਤ ਫਤਿਹ ਅਲੀ ਖਾਨ ਤੋਂ ਲੈ ਕੇ ਅੱਜ ਤੱਕ ਦੇ ਉਹਨਾਂ ਦੀ ਇਕੁਅਲ ਜਿਹੜੀ ਹੈ ਐਡਮਾਇਰਰ ਬਲੌਕ ਭਾਰਤ ਦੇ ਵਿੱਚ ਵੀ ਸੀ, ਔਰ ਇਸੇ ਤਰ੍ਹਾਂ ਭਾਰਤ ਦੇ ਵਿੱਚ ਜਿਹੜੇ ਪ੍ਰੋਮੀਨੈਂਟ ਐਕਟਰ ਨੇ ਉਹਨਾਂ ਦਾ
ਬੇਸ ਉਹਨਾਂ ਦੀਆਂ ਫਿਲਮਾਂ ਜਦੋਂ ਲੱਗਦੀਆਂ ਸੀ ਤੇ ਭਾਵੇਂ ਉਹ ਹਨੇਰੇ ਹੋਏ ਸਵੇਰੇ ਹੋਏ ਹਾਊਸਫੁੱਲ ਜਾਂਦੇ ਸੀ। ਸੋ ਇਹਨੂੰ ਪੀਪਲ ਟੂ ਪੀਪਲ ਕੰਟੈਕਟ ਭਾਵੇਂ ਕਿਹਾ ਜਾਏ, ਪਰ ਮੈਂ ਸਮਝਦਾ ਵੀ ਜਦੋਂ ਇਹ ਕਿਹਾ ਜਾਂਦਾ ਕਿ ਆਰਟ ਦੀਆਂ ਜਾਂ ਸਪੋਰਟਸ ਦੀਆਂ ਹੱਦਾਂ ਨਹੀਂ ਹੁੰਦੀਆਂ, ਇੱਕ ਬੜੀ ਟਰੂ ਸਟੇਟਮੈਂਟ ਹੈ। ਪਰ ਅੱਜ ਤਾਕਤ ਉਹਨਾਂ ਦੇ ਹੱਥ ਚ ਆਈ ਹੋਈ ਹੈ। ਔਰ ਮੈਂ ਅਕਸਰ ਅਲਾਮਾ ਇਕਬਾਲ ਦੀ ਇਹ ਲਾਈਨ ਜਦੋਂ ਪੜ੍ਹਦਾ ਕਿ ਵੀ ਇਹ ਜਦੋਂ ਫਲਕ ਉਨਕੋ ਅਤਾ ਕਰਤਾ ਹੈ ਖਾਸਗੀ ਜਿਨਕੋ ਰਵਿਸ਼ ਨਹੀਂ ਕਿ ਬੰਦਾ ਪਰਵਰੀ ਕਿਆ ਹੈ। ਨਹੀਂ ਕਿ ਵੀ ਜਿਹਨਾਂ ਦੇ ਹੱਥ ਚ ਐਸਿਆਂ ਦੇ ਹੱਥ ਚ ਪਾਵਰ ਆਈ ਹੈ, ਦਿੰਦਾ ਤੇ ਰੱਬ ਹੀ ਹੈ, ਵੀ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਇਹ ਬੰਦਾ ਪਰਵਰੀ ਕੀ ਹੁੰਦੀ ਹੈ, ਵਰਤਣਾ ਕਿਹਨੂੰ ਕਹਿੰਦੇ ਨੇ, ਸਪੋਰਟਸ ਔਰ ਦੂਸਰੀਆਂ ਚ ਤੇ ਬਾਕੀਆਂ ਚ ਕੀ ਫਰਕ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ, ਅਮਿਤ ਸ਼ਾਹ ਨੇ ਵੀ ਔਰ ਜਿਹੜੇ ਬਾਕੀ ਵੀ ਲੋਕ, ਜੇ ਤੁਸੀਂ ਇਸ ਦੌਰ ਦੇ ਵਿੱਚ ਉਹਨਾਂ ਦੇ ਟਵੀਟ ਦੇਖੋ, ਜਿਹੜੇ ਲੋਕ ਬੈਠੇ ਹੋਏ ਨੇ ਉਹਨਾਂ ਦੇ ਪੇਟ ਦੂਜੇ ਤੀਜੇ ਫੁੱਲ ਆਫ ਹੇਟ, ਨਫ਼ਰਤ ਨਾਲ ਭਰੇ ਹੋਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਸਮਝਦੇ ਹਾਂ ਵੀ ਟੀਮ ਬਿਹਤਰ ਟੀਮ ਖੇਡਦੀ ਹੈ, ਜਿੱਤਦੀ ਹੈ, ਭਾਰਤ ਦੀ ਟੀਮ ਬਿਹਤਰ ਹੈ। ਕਿਸੇ ਵੇਲੇ ਪਾਕਿਸਤਾਨ ਨੇ ਇਮਰਾਨ ਖਾਨ ਦੀ ਕੈਪਟਨਸ਼ਿਪ ਦੇ ਵਿੱਚ ਵਰਲਡ ਕੱਪ ਜਿੱਤਿਆ ਸੀ, ਬਿਲਕੁਲ ਇੱਕ ਲੂਜ਼ਰ ਟੀਮ ਨੂੰ ਉਹਨੇ ਵਿਨਰ ਬਣਾਇਆ ਸੀ। ਭਾਰਤ ਅੱਜ ਕੱਲ੍ਹ ਕਿਉਂਕਿ ਇਹਦੇ 'ਚ ਅਗੇਨ ਉਹੀ ਕਮਰਸ਼ਲ ਲਾਈਨ ਹੈ, ਉਹ ਤਾਕਤਾਂ ਜਿਨ੍ਹਾਂ ਨੇ ਹਾਕੀ ਵਰਗੀ ਖੇਡ, ਸੌਕਰ ਵਰਗੀ ਖੇਡ ਜਿਹਦਾ ਥੱਲਾ ਲਾਇਆ, ਇਹੀ ਅੰਬਾਨੀ, ਅਡਾਨੀ, ਅਡਵਾਨੀ, ਇਹ ਸਾਰੇ ਜਿਹਨਾਂ ਨੇ ਪੈਸੇ ਲਾਏ ਨੇ, ਉੱਧਰ ਆਪਣੀਆਂ ਟੀਮਾਂ ਦੂਸਰੀਆਂ ਖੜੀਆਂ ਕੀਤੀਆਂ ਨੇ ਪ੍ਰੀਮੀਅਰ ਲੀਗ ਦੇ ਥੱਲੇ ਦੂਜੇ ਤੀਜੇ, ਉਹਨਾਂ ਨੂੰ ਮੌਕਾ ਵੀ ਮਿਲਦਾ। ਔਰ ਉਹਨਾਂ ਦੇ ਔਰ ਮੁਕਾਬਲਾ ਵੀ ਕੀ ਹੈ, ਜੇ ਤੁਸੀਂ ਆਬਾਦੀ ਵਾਈਜ਼ ਦੇਖੋ, 1/5 ਆਬਾਦੀ ਹੈ। ਮੈਂ ਤਾਂ ਸਮਝਦਾ ਵੀ ਇਹ ਜਿਹੜੇ ਲੋਕ ਪਾਕਿਸਤਾਨ ਨਾਲ ਮੁਕਾਬਲਾ ਕਰਦੇ ਨੇ, ਈਵਨ ਖੇਡ ਦੇ ਮੈਦਾਨ 'ਚ ਵੀ, ਪਾਕਿਸਤਾਨ ਨੇ ਆਪਣੀ ਹਾਰਡਸ਼ਿਪਸ ਦੇ ਬਾਵਜੂਦ, ਇੱਕ ਛੋਟਾ ਮੁਲਕ ਹੋਣ ਦੇ ਬਾਵਜੂਦ, ਉਹ ਇੰਟਰਨੈਸ਼ਨਲ ਲੈਵਲ ਤੇ ਆ ਕੇ ਕੰਪੀਟ ਕਰਦੇ ਨੇ, ਜਿੱਤਦੇ ਵੀ ਨੇ। ਇੰਗਲੈਂਡ ਦੇ ਨਾਲ ਉਹਨਾਂ ਦੀ ਪਰਫਾਰਮੈਂਸ ਕਿਸ ਕਿਸਮ ਦੀ ਰਹੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਅਮਿਤ ਸ਼ਾਹ ਨੇ ਜਿਸ ਜ਼ਹਿਨੀਅਤ ਦਾ ਪ੍ਰਗਟਾਵਾ ਕੀਤਾ, ਇਹ ਇਸ ਵੇਲੇ ਉੱਥੋਂ ਦੇ ਰੂਲਰਸ ਔਰ ਉਹਨਾਂ ਦੇ ਜਿਹੜੇ ਪਿਛਲੱਗ ਨੇ ਉਹਨਾਂ ਦੀ ਜ਼ਹਿਨੀਅਤ ਹੈ। ਔਰ ਮੈਂ ਸਮਝਦਾ ਵੀ ਆਸਿਫ ਗਫੂਰ ਹੋਰਾਂ ਨੇ ਠੀਕ ਉਸੇ ਸੁਰ 'ਚ ਜਵਾਬ ਦਿੱਤਾ ਜੋ ਕਿ ਉਹ ਡਿਜ਼ਰਵ ਕਰਦੇ ਸੀ, ਕਿ ਠੀਕ ਹੈ ਇਹਨੂੰ ਖੇਡ ਦੇ ਮੈਦਾਨ ਨੂੰ, ਇਹ ਜੰਗ ਦਾ ਮੈਦਾਨ ਨਾ ਬਣਾਓ, ਤੇ ਜੇ ਤੁਸੀਂ ਉਹਨੂੰ ਸਟ੍ਰਾਈਕ ਹੀ ਕਹਿਣਾ ਤੇ ਫਿਰ ਉਹ ਆਪਣੀ 27 ਫਰਵਰੀ ਵੀ ਯਾਦ ਕਰ ਲਓ ਕਿ ਵੀ ਤੁਹਾਡੇ ਨਾਲ ਕੀ ਹੋਇਆ ਸੀ, ਕਿ ਉਹ ਵੇਲਾ ਯਾਦ ਕਰ। ਉਹਨਾਂ ਨੇ ਵੀ ਉਹਨਾਂ ਨੂੰ ਯਾਦ ਕਰਵਾ ਦਿੱਤਾ। ਜੀ ਬਿਲਕੁਲ ਮਲਿਕ ਸਾਹਿਬ, ਜਿੱਥੇ ਅਸੀਂ ਇਹ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਦੀ ਗੱਲ ਕਰ ਰਹੇ ਹਾਂ, ਅਸੀਂ ਪਹਿਲਾਂ ਦੇਖਿਆ ਕਿ 2 ਵਾਰ ਇਮਰਾਨ ਖਾਨ ਸਾਹਿਬ ਨੇ ਇੱਧਰ ਨਰਿੰਦਰ ਮੋਦੀ ਨੂੰ 2 ਵਾਰ ਚਿੱਠੀ ਲਿਖੀ ਹੈ, ਵਧਾਈ ਦਿੱਤੀ ਹੈ ਨਵੀਂ ਸਰਕਾਰ ਬਣਾਉਣ 'ਤੇ, ਅਤੇ ਉਹ ਤੋਂ ਬਾਅਦ ਆਪਸੀ ਸੰਬੰਧ ਜਿਹੜੇ ਸੁਧਾਰਨ ਦੀ ਗੱਲ ਹੈ ਉਹ ਕੀਤੀ ਹੈ ਕਿ ਅਸੀਂ ਕਸ਼ਮੀਰ ਸਮੇਤ ਮਸਲਿਆਂ ਦਾ ਹੱਲ ਕਰੀਏ। ਅੱਜ ਹੁਣ ਰੀਸੈਂਟ ਜਿਹੜੀ ਖਬਰ ਹੈ ਉਹਦੇ ਵਿੱਚ ਨਰਿੰਦਰ ਮੋਦੀ ਨੇ ਦੁਬਾਰਾ ਇਮਰਾਨ ਖਾਨ ਨੂੰ ਚਿੱਠੀ ਲਿਖੀ ਹੈ, ਜਿਹਦੇ ਵਿੱਚ ਕਰਤਾਰਪੁਰ ਕੋਰੀਡੋਰ ਦੀ ਛੇਤੀ ਉਹਨੂੰ ਖੋਲ੍ਹਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ, ਟਰੱਸਟ 'ਤੇ ਐਮਫਸਾਈਜ਼ ਕੀਤਾ ਗਿਆ। ਜਿਹੜੀ ਇਹ ਚਿੱਠੀ ਲਿਖੀ ਗਈ ਹੈ ਇਮਰਾਨ ਖਾਨ ਨੂੰ, ਇਹਦਾ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਜਾਂ ਕਿਵੇਂ ਦੇਖਦੇ ਹੋ ਕਿ ਇਹ ਉਹਨਾਂ ਦਾ ਜੋ ਉਹਨਾਂ ਵੱਲੋਂ ਕੁਐਸਚਨਸ ਰੇਜ਼ ਕੀਤੇ ਗਏ ਸੀ, ਕੰਸਰਨਸ ਰੇਜ਼ ਕੀਤੇ ਗਏ ਸੀ, ਕੀ ਸਹੀ ਤਰਜਮਾਨੀ ਦੇ ਵਿੱਚ ਉਹਦਾ ਜਵਾਬ ਦਿੱਤਾ ਜਾਂ ਨਹੀਂ? ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਦੀ ਗੱਲ ਨੂੰ ਮੁਖਤਸਰਨ ਮੈਂ ਦਿੱਖ ਦਿੰਦਾ। 2009 ਦੇ ਬਾਅਦ ਪਾਕਿਸਤਾਨ ਦੇ ਅੰਦਰ, ਲਾਹੌਰ ਦੇ ਅੰਦਰ ਜਦੋਂ ਸ਼੍ਰੀਲੰਕਾ ਦੀ ਟੀਮ ਆਈ ਸੀ ਅਤੇ ਉੱਥੇ ਜਿਹੜੀ ਦਹਿਸ਼ਤਗਰਦੀ ਹੋਈ, ਉਹਦੇ ਬਾਅਦ ਪਾਕਿਸਤਾਨ ਦੇ ਗਰਾਊਂਡ ਜਿਹੜੇ ਆ ਉਸ 'ਤੇ ਪਾਕਿਸਤਾਨੀ ਟੀਮ ਨਹੀਂ ਖੇਡਦੀ ਪਈ ਜੀ। ਪਿੱਛੇ ਜ਼ਿੰਬਾਬਵੇ ਆਇਆ ਸੀ, ਉਹ ਇੱਕ ਜ਼ਿੰਬਾਬਵੇ ਦੀ ਟੀਮ, ਉਹਦੇ ਮਤਲਬ ਕਿ ਉਹਦਾ ਕੋਈ ਯਾਨੀ ਇਹਦੀ ਅੱਛੀ ਟੀਮ ਨਹੀਂ ਸੀ। ਲੇਕਿਨ ਜਿਹੜੀ ਟੀਮ ਅੱਜ 10 ਸਾਲ ਆਪਣੇ ਮੈਦਾਨਾਂ ਦੇ ਅੰਦਰ ਨਹੀਂ ਖੇਡਦੀ, ਔਰ ਆਪਣੇ ਮੈਦਾਨਾਂ ਦੇ ਅੰਦਰ ਖੇਡ ਕੇ ਤੁਸੀਂ ਸ਼ੇਰ ਬਣਦੇ ਹੋ। ਇੰਡੀਆ ਦੀ ਜਿਹੜੀ IPL ਜਦੋਂ ਦੀ ਸ਼ੁਰੂ ਹੋਈ ਅਤੇ ਇੰਡੀਆ ਦੇ ਅੰਦਰ ਜਿਹੜਾ ਕ੍ਰਿਕਟ ਦਾ ਟੈਲੈਂਟ ਆਇਆ, ਪਾਕਿਸਤਾਨ ਅਗਰ 10 ਸਾਲ ਆਪਣੇ ਹੋਮ ਗਰਾਊਂਡ ਦੇ ਅੰਦਰ ਨਹੀਂ ਖੇਡ ਰਿਹਾ ਅਤੇ ਪ੍ਰਾਏ ਗਰਾਊਂਡਾਂ ਦੇ ਖੇਡ ਕੇ ਉਹਨੇ ਚੈਂਪੀਅਨ ਟਰੋਫੀ ਦੇ ਅੰਦਰ ਇੰਡੀਆ ਨੂੰ ਸ਼ਿਕਸਤ ਦਿੱਤੀ ਸੀ 2 ਸਾਲ ਪਹਿਲਾਂ, ਹੋਰ ਵੀ ਉਹਨੇ ਟਰਾਫੀਆਂ ਜਿੱਤੀਆਂ, ਏਸ਼ੀਆ ਕੱਪ, ਅਤੇ ਉਹ ਮੈਂ ਸਮਝਦਾ ਕਿ ਇਹਦੇ ਬਾਵਜੂਦ ਜਿਹੜਾ ਹੈ ਕਿ ਇਹ ਦੇਖਣਾ ਪਏਗਾ ਕਿ ਇੱਕ ਟੀਮ ਜਿਹੜੀ ਆਪਣੇ ਹੋਮ ਗਰਾਊਂਡ 'ਤੇ ਨਹੀਂ ਖੇਡ ਰਹੀ ਫਿਰ ਵੀ ਉਹ ਸਸਟੇਨ ਕਰ ਰਹੀ ਹੈ, ਅਤੇ ਦੁਨੀਆ ਦੀ ਕ੍ਰਿਕਟ ਦੀ ਤਾਰੀਖ ਦੇ ਅੰਦਰ ਅੱਜ ਤੱਕ ਹੋਰ ਕੋਈ ਦੂਸਰੀ ਟੀਮ ਨਹੀਂ ਆ ਜਿਹੜੀ ਵਿਲਾਇਤੀ ਮੈਦਾਨਾਂ ਦੇ ਅੰਦਰ ਇੰਨੀ ਕਾਮਯਾਬੀ ਹਾਸਿਲ ਕਰੇ। ਹੁਣ ਤੁਹਾਡਾ ਜਿਹੜਾ ਸਵਾਲ ਹੈ, ਇਮਰਾਨ ਖਾਨ ਨੇ ਜਦੋਂ ਨਰਿੰਦਰ ਮੋਦੀ ਦੁਬਾਰਾ ਜਿੱਤਿਆ ਅਤੇ 2 ਵਾਰੀ ਖੱਤ ਲਿਖਿਆ, ਅਤੇ
ਦੁਨੀਆ ਦੇ ਅੰਦਰ ਜਿੱਥੇ ਜੰਗਾਂ ਹੁੰਦੀਆਂ, ਅਗਰ ਤੁਸੀਂ ਪਹਿਲੀ ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ ਦੇ ਅੰਦਰ ਦੇਖੋ ਤਾਂ ਇੱਕ ਪਾਸੇ ਜਿੱਥੇ ਯੂਰਪ ਇੱਕ ਦੂਸਰੇ ਨੂੰ ਤਬਾਹ ਕਰ ਰਿਹਾ ਸੀ, ਉੱਥੇ ਬੈਕਡੋਰ ਡਿਪਲੋਮੈਟਿਕ ਜਿਹੜੇ ਚੈਨਲਸ ਹੁੰਦੇ ਆ ਉਹ ਵੀ ਕੰਮ ਕਰ ਰਹੇ ਹੁੰਦੇ ਆ ਕਿ ਦੁਨੀਆ ਦੀ ਹਰ ਚੀਜ਼ ਟੇਬਲ 'ਤੇ ਆ ਕੇ ਜਿਹੜੀ ਹੈ ਨਾ ਉਹਦਾ ਸਲੂਸ਼ਨ ਨਿਕਲਦਾ। ਮੋਦੀ ਸਾਹਿਬ ਨੇ ਇਮਰਾਨ ਖਾਨ ਦੇ ਲੈਟਰ ਦਾ ਜਵਾਬ ਗਾਲਬਨ ਅਕੋਰਡਿੰਗ ਟੂ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਫ ਇੰਡੀਆ ਗਾਲਬਨ 12 ਜੂਨ ਨੂੰ ਉਹ ਜਵਾਬ ਦਿੱਤਾ ਸੀ ਇਮਰਾਨ ਖਾਨ ਨੂੰ, ਅਤੇ ਜਿਹਦੇ ਅੰਦਰ ਕਰਤਾਰਪੁਰ ਕੋਰੀਡੋਰ ਦਾ ਵੀ ਉਹਨਾਂ ਨੇ ਪਹਿਲੀ ਵਾਰੀ ਮੋਦੀ ਲੈਟਰ ਦੇ ਅੰਦਰ ਕਿ ਅਸੀਂ ਕਰਾਂਗੇ, ਲੇਕਿਨ ਰਿਐਲਿਟੀ ਦੇ ਅੰਦਰ ਨਜ਼ਰ ਆ ਰਿਹਾ ਕਿ ਉੱਥੇ ਕੰਮ ਤਾਂ ਉਹਨਾਂ ਨੇ ਕੋਈ ਸ਼ੁਰੂ ਨਹੀਂ ਕੀਤਾ। ਗੁਰਦਾਸਪੁਰ ਦਾ ਜਿਹੜਾ ਬਾਰਡਰ ਹੈ, ਅਗਰ ਇਹ ਵੈਲਕਮ ਵਰਡਸ ਲਿਖਣੇ ਆ ਅਤੇ ਅਮਲ ਨਹੀਂ ਕਰਨਾ ਤਾਂ ਫਿਰ ਇਹ ਮੈਂ ਸਮਝਦਾ ਕਿ ਫਿਰ ਉਹ ਲੈਟਰ ਦੀ ਕੋਈ ਅਹਿਮੀਅਤ ਨਹੀਂ ਹੈ। ਲੇਕਿਨ ਚੂੰਕਿ ਦੋਵਾਂ ਮੁਲਕਾਂ ਦੇ ਜਿਹੜੇ ਤਲਕਾਤ ਆ ਉਹ ਕਾਫੀ ਕਸ਼ੀਦਾ ਸੀ, ਔਰ ਖਾਸ ਤੌਰ 'ਤੇ ਬਾਲਾਕੋਟ ਅਤੇ ਸਰਜੀਕਲ ਸਟ੍ਰਾਈਕ ਦਾ ਜਿਹੜਾ ਸੌਦਾ ਇਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਪੂਰੀ ਦੁਨੀਆ ਦੇ ਅੰਦਰ ਇਹਨਾਂ ਨੂੰ ਉਹਦੀ ਰਸਵਾਈ ਵੀ ਇਹਨਾਂ ਦੇ ਹੱਥ ਆਈ ਆ। ਲੇਕਿਨ ਇਹ ਕਿ ਜਿੱਥੇ ਮੈਂ ਸਮਝਦਾ ਕਿ ਆਪਸੀ ਤਲਕਾਤ ਹੋਣੇ ਚਾਹੀਦੇ ਆ, ਇਹ ਲੈਟਰ ਅਗਰ ਲਿਖਿਆ ਗਿਆ ਨਰਿੰਦਰ ਮੋਦੀ ਦੀ ਤਰਫੋਂ ਪ੍ਰਾਈਮ ਮਿਨਿਸਟਰ ਪਾਕਿਸਤਾਨ ਨੂੰ, ਅਤੇ ਇਹਦਾ ਕੋਈ ਅੱਗੇ ਵੀ ਇਹਦਾ ਆਊਟਪੁੱਟ ਨਜ਼ਰ ਆਉਣਾ ਚਾਹੀਦਾ। ਲੇਕਿਨ ਡਿਪਲੋਮੈਟਿਕ ਜਿਹੜੇ ਚੈਨਲ ਦੋਵਾਂ ਮੁਲਕਾਂ ਦੇ ਆ ਉਹ, ਔਰ ਖਾਸ ਤੌਰ 'ਤੇ ਜਿਹੜੇ ਐਕਸਟਰਨਲ ਅਫੇਅਰ ਦੇ ਆਫਿਸਰਸ ਹੁੰਦੇ ਆ ਸਾਬਕਾ ਜਾਂ ਸੈਕਟਰੀਜ਼ ਫੋਰਨ ਅਫੇਅਰ ਦੇ, ਉਹ ਯਾਨੀ ਉਹ ਕਦੀ ਰਿਟਾਇਰ ਨਹੀਂ ਹੁੰਦੇ। ਜਿਸ ਤਰ੍ਹਾਂ ਡਾਕਟਰ, ਇੰਜੀਨੀਅਰ, ਵਕੀਲ ਅਤੇ ਪੱਤਰਕਾਰ, ਚਾਹੇ ਤੁਸੀਂ ਕੰਮ ਕਰੋ ਜਾਂ ਨਾ ਕਰੋ, ਇਹ ਜਿਹੜੇ 4 ਸ਼ੋਬੇ ਆ ਇਹਦਾ ਬੰਦਾ ਹਮੇਸ਼ਾ ਡਾਕਟਰ ਕਹਿਲਾਉਂਦਾ ਹੈ, ਪੱਤਰਕਾਰ ਕਹਿਲਾਉਂਦਾ ਹੈ, ਵਕੀਲ ਕਹਿਲਾਉਂਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਐਕਸਟਰਨਲ ਅਫੇਅਰ ਦੇ ਜਿਹੜੇ ਰਿਟਾਇਰ ਆਫਿਸਰਸ ਹੁੰਦੇ ਆ ਇਹਨਾਂ ਨੂੰ ਕਿਤੇ ਨਾ ਕਿਤੇ ਗੌਰਮੈਂਟ ਜਿਹੜੀ ਆ ਉਹ ਐਡਜਸਟ ਕਰ ਲੈਂਦੀ ਆ, ਥਿੰਕ ਟੈਂਕਸ ਬਣਾ ਕੇ ਜਾਂ ਫੋਰਨ ਕਮੇਟੀਆਂ ਉਹ ਕੰਮ ਕਰ ਰਹੇ ਹੁੰਦੇ ਇੱਕ ਦੂਸਰਿਆਂ ਦੇ ਨਾਲ, ਕਿਉਂਕਿ ਉਹਨਾਂ ਨੇ ਪੂਰੀ ਦੁਨੀਆ ਦੇ ਅੰਦਰ ਬਾਅਦ ਵੇਲੇ ਅਮਰੀਕਾ ਦੇ ਅੰਦਰ ਜਿਹੜਾ ਪਾਕਿਸਤਾਨ ਦਾ ਅੰਬੈਸਡਰ ਹੁੰਦਾ ਹੈ ਜਾਂ ਕੌਂਸਲ ਜਨਰਲ ਹੁੰਦਾ ਹੈ, ਇੰਡੀਆ ਦਾ ਜਿਹੜਾ ਅੰਬੈਸਡਰ ਜਾਂ ਕੌਂਸਲ ਜਨਰਲ ਹੁੰਦਾ ਹੈ ਉਹ ਇੱਕ ਜਗ੍ਹਾ ਜਦੋਂ ਕੰਮ ਕਰਦੇ ਅਤੇ ਇੱਕ ਦੂਸਰੇ ਨੂੰ ਜਾਣਦੇ ਆ, ਆਪਸੀ ਸ਼ਾਦੀਆਂ ਦੇ ਅੰਦਰ ਬੱਚੀਆਂ ਦੀ ਜਾਂਦੇ, ਹੋਰ ਬਹੁਤ ਸਾਰੇ ਮਾਮਲਾ, ਅਤੇ ਇਹ ਚੈਨਲ ਚੱਲਣਾ ਚਾਹੀਦਾ। ਲੇਕਿਨ ਇਹਦੇ ਅੰਦਰ ਜਿਹੜੀ ਨੀਅਤ ਹੈ ਉਹਦੇ ਅੰਦਰ ਬਦਨੀਅਤੀ ਨਹੀਂ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀ ਚਿੱਠੀ ਲਿਖੀ ਗਈ ਹੈ, ਤੁਹਾਡਾ ਕੀ ਟੇਕ ਹੈ ਇਹਦੇ 'ਤੇ? ਦੇਖੋ, ਕਈ ਵਾਰ ਜਦੋਂ ਕੋਈ ਟੀਮ ਉਤਰਦੀ ਸੀ ਮੈਦਾਨ ਦੇ ਵਿੱਚ ਤਾਂ ਪਹਿਲਾਂ ਹੀ ਉਹਦਾ ਜਿਹੜਾ ਪਿੱਚ ਹੈ ਉਹ ਜਿਹੜੀ ਸਭ ਤੋਂ ਸਟਰੋਂਗ ਦੂਜੇ ਪਾਸੇ ਦੀ ਟੀਮ ਹੈ ਉਹਦੇ ਨਾਲ ਪੈ ਜਾਏ ਅਤੇ ਕਈ ਵਾਰੀ ਫਿਰ ਉਹਨੂੰ ਇਹ ਪਤਾ ਨਹੀਂ ਲੱਗਦਾ ਹੁੰਦਾ ਵੀ ਇਹਨੂੰ ਹੈਂਡਲ ਕਿਵੇਂ ਕਰੀਏ। ਮੋਦੀ ਦੀ ਸੈਕਿੰਡ ਟਰਮ ਸ਼ੁਰੂ ਹੁੰਦਿਆਂ ਹੀ ਇਹਨਾਂ ਨੇ ਸਭ ਤੋਂ ਪਹਿਲਾਂ RSS ਦੀ ਨਾਗਪੁਰ ਬ੍ਰਾਂਚ ਦੀ ਨੀਤੀ ਦੇ ਤਹਿਤ ਜਾਂ ਕਿਸੇ ਓਵਰ ਜ਼ੈਲਸ ਉਹਨਾਂ ਦੇ ਡਿਸੀਜਨ ਮੇਕਰ ਦੇ ਤਹਿਤ ਸਿੱਖਾਂ ਦੇ ਨਾਲ ਸਿੱਧੀ ਟੱਕਰ ਲੈ ਲਈ, ਪਹਿਲਾਂ ਸ਼ਿਲੋਂਗ ਦੇ ਹਵਾਲੇ ਨਾਲ, ਉਹਨਾਂ ਦੇ ਬੋਰਡ ਤੋਂ, ਸਰਕਾਰ ਤੋਂ, ਫਿਰ ਉਹ ਲੋਕਲ ਆਰਗੇਨਾਈਜੇਸ਼ਨ ਤੋਂ ਧਮਕੀ ਕਿ ਜੀ ਖਾਲੀ ਕਰੋ ਅਸੀਂ ਤਾਂ ਮਾਰ ਦਿਆਂਗੇ, ਬੁਲਟਸ ਵਿਲ ਫਲਾਈ। ਦੂਸਰਾ ਅਸੀਂ ਦੇਖਦੇ ਹਾਂ ਵੀ UP ਦੇ ਵਿੱਚ ਵੀ ਔਰ ਦਿੱਲੀ ਵਾਲੀ ਘਟਨਾ ਜਿਹੜੀ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਹਨੇ ਸਿੱਖਾਂ ਨੂੰ ਐਮੋਸ਼ਨਲੀ ਯੂਨਾਈਟ ਕਰ ਦਿੱਤਾ ਹੈ, ਔਰ ਇੰਡੀਅਨ ਏਜੰਸੀਆਂ ਨੂੰ ਵੀ ਵਕਤ ਪੈ ਗਿਆ, ਉਹ ਇਹ ਸਮਝਦੇ ਸੀ ਵੀ ਨਵੰਬਰ 84 ਤੋਂ ਬਾਅਦ ਠੀਕ ਹੈ ਪੰਜਾਬ ਦੇ ਸਿੱਖਾਂ 'ਚ ਦਮ ਹੈਗਾ, ਉਹ ਖੜਾ ਗੱਲ ਕਰਦੇ ਨੇ ਵੀ ਬਾਕੀ ਅਸੀਂ ਜਿਹੜੀਆਂ ਸਟੇਟਾਂ ਦੇ ਸਿੱਖ ਨੇ ਉਹ ਪ੍ਰਿਜ਼ਨਰ ਆਫ ਵਾਰ ਬਣਾਏ ਹੋਏ ਨੇ, ਉਹ ਇੱਕ ਡਰ ਦੇ ਸਾਏ ਥੱਲੇ ਜੀ ਰਹੇ ਨੇ। ਸੋ ਇਕੱਲੀ ਗੱਲ ਦਿੱਲੀ ਦੀ ਉਸ ਘਟਨਾ ਦੀ ਨਹੀਂ ਹੈ ਜਿੱਥੇ ਪਿਓ ਪੁੱਤਰ ਨੇ ਕਿਵੇਂ ਪੁਲਿਸ ਨੂੰ ਅੱਗੇ ਲਾਇਆ, ਪਰ ਉਹਦੇ ਨਾਲ ਜਿਹੜਾ ਕਮਿਟੀ ਦਾ ਰਿਸਪੋਂਸ ਸੀ ਕਿ ਬਾਈ ਈਵਨਿੰਗ ਹਜ਼ਾਰਾਂ ਦੀ ਗਿਣਤੀ ਸਿੱਖ ਉੱਥੇ ਪਹੁੰਚ ਗਏ, ਔਰ ਕੱਲ ਕਲਕੱਤੇ ਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਮਾਰਚ ਕੀਤਾ, ਕਾਨਪੁਰ ਦੇ ਵਿੱਚ, ਭਾਰਤ ਭਰ ਦੇ ਵਿੱਚ, ਸੋਸ਼ਲ ਮੀਡੀਆ 'ਤੇ, ਔਰ ਈਵਨ ਚੀਫ ਮਿਨਿਸਟਰ ਪੰਜਾਬ ਅਮਰਿੰਦਰ ਤੋਂ ਲੈ ਕੇ ਜਿਹੜੇ ਉਹਨਾਂ ਦੇ ਐਕਸਟ੍ਰੀਮ ਜਿਵੇਂ ਇੱਕ ਉਹ ਸਿਰਫਰੀ ਜਿਹੀ ਇੰਗਲੈਂਡ ਦੀ ਹਾਰਡੀ ਕੌਰ ਹੈ ਕਿ ਹਾਰਡ ਕੌਰ ਹੈ ਰੈਪਰ, ਉਹਨੇ ਵੀ RSS ਔਰ ਦੂਜੇ ਨੂੰ ਉਹਦੇ ਖਿਲਾਫ਼ ਸੈਡੀਸ਼ਨ ਦਾ ਕੇਸ ਦਰਜ ਕੀਤਾ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਿੱਖਾਂ ਦਾ ਉਭਾਰ ਹੈ ਜਿਹਨੇ, ਔਰ ਮੈਂ ਇਹਨੂੰ ਬਹੁਤ ਪੋਜ਼ਿਟਿਵ ਸਮਝਦਾ ਕਿ ਪਹਿਲੀ ਵਾਰ ਨਵੰਬਰ 84 ਤੋਂ ਬਾਅਦ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਿੱਖਾਂ ਨੇ ਇਸ ਤਰ੍ਹਾਂ ਯੂਨੀਫਾਈ ਹੋ ਕੇ ਆਪਣੇ ਕੌਜ਼ ਦੇ ਨਾਲ, ਸਿੱਖੀ ਦੇ ਨਾਲ ਜਿਹੜੀ ਹੈ ਉਹ ਆਪਣੀ ਮੁਹੱਬਤ ਨੂੰ ਦਰਸਾਇਆ। ਸੋ ਜ਼ਾਹਰ ਹੈ ਵੀ ਇਹ ਬਦਨੀਤੀ ਹੈ ਭਾਰਤੀ ਹਕੂਮਤ ਦੀ ਪਹਿਲੇ ਦਿਨ ਤੋਂ ਹੀ ਹੈ, ਕਰਤਾਰਪੁਰ ਲਾਂਘੇ ਨੂੰ ਲੈ ਕੇ, ਔਰ ਉਸ ਸਾਰੇ ਦਾ ਜਿਹੜਾ ਮੈਂ ਸਮਝਦਾ ਵੀ ਇਹ ਰਵੀਸ਼ ਕੁਮਾਰ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਵਾਲੇ ਨੇ ਦੇ ਸਪੋਕਸਪਰਸਨ ਨੇ ਸਵਾਲ ਦੇ ਜਵਾਬ 'ਚ ਕਿਹਾ, ਇੱਕ ਗੱਲ ਪੋਜ਼ਿਟਿਵ ਹੈ ਕਿ ਜੇ ਇੰਨੇ ਹਫ਼ਤਿਆਂ ਬਾਅਦ ਮੋਦੀ ਨੂੰ ਯਾਦ ਆਇਆ ਕਿ ਵੀ
ਉਹਨੇ ਜਵਾਬ ਦੇਣਾ ਇਮਰਾਨ ਖਾਨ ਦੇ ਦੋ ਵਾਰ ਕੀਤੇ ਫੋਨ ਦਾ ਵੀ ਚਿੱਠੀਆਂ ਦਾ ਵੀ ਔਰ ਇਹਦੇ ਇਸ ਨਾਲ ਜਿਹੜਾ ਉਸ ਰੀਜਨ ਦੇ ਵਿੱਚ ਬਦਲ ਰਿਹਾ ਜਿਹੜਾ ਸਾਰਾ ਸਿਸਟਮ ਹੈ ਉਹਦਾ ਵੀ ਰੋਲ ਹੈ ਔਰ ਅਸੀਂ ਦੇਖਦੇ ਹਾਂ ਕਿ ਬਿਸ਼ਕਾਕ ਕਿਰਗਿਸਤਾਨ ਦੇ ਵਿੱਚ ਜਿਵੇਂ ਮੋਦੀ ਆਲਮੋਸਟ ਇਗਨੋਰਡ ਸੀ ਅਸੀਂ ਡਿਨਰ ਟੇਬਲ ਤੇ ਵੀ ਦੇਖ ਰਹੇ ਹਾਂ ਦੂਸਰੇ ਵੀ ਉਹਦੀਆਂ ਫਨੀ ਵੀਡੀਓਜ਼ ਘੁੰਮ ਰਹੀਆਂ ਨੇ ਔਰ ਇਸ ਦੇ ਨਾਲ ਅਮਰੀਕਾ ਨੇ ਭਾਰਤ ਦੀ ਨੋ ਮੈਟਰ ਭਾਰਤ ਨੇ ਅਮਰੀਕਾ ਨੂੰ ਅਬਲਾਈਜ ਕਰਨ ਲਈ ਈਰਾਨ ਤੋਂ ਕਰੂਡ ਆਇਲ ਬੰਦ ਕੀਤਾ ਲੇਕਿਨ ਅਮਰੀਕਾ ਨੇ ਇਹਨਾਂ ਨੂੰ ਹੱਥ ਪੱਲਾ ਨਹੀਂ ਫੜਾਇਆ ਨਤੀਜੇ ਦੇ ਤੌਰ ਤੇ 20 ਤੋਂ ਜ਼ਿਆਦਾ ਜਿਹੜੀਆਂ ਆਈਟਮਸ ਅਮਰੀਕਾ ਦੀਆਂ ਭਾਰਤ 'ਚ ਆਉਂਦੀਆਂ ਨੇ ਉਹਨਾਂ 'ਤੇ ਉਹਨਾਂ ਨੇ ਟੈਰਿਫ ਲਾ ਦਿੱਤਾ ਔਰ ਕੱਲ੍ਹ ਦੀ ਮੇਨ ਖਬਰ ਸੀ ਕਿ ਉਹਨਾਂ ਨੇ ਈਵਨ H1B ਦੇ ਮਾਮਲੇ 'ਚ ਵੀ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਜਿਹੜਾ ਗਲੋਬਲ ਡਾਟਾ ਉੱਥੇ ਰਿਕਾਰਡ ਕਰਨ ਦੀ ਗੱਲ ਰੱਖੀ ਹੈ ਜਿਸ ਦਾ ਮੇਨ ਇਹਨਾਂ ਦੀਆਂ ਅਮਰੀਕਨ ਕੰਸਲਟੈਂਸੀਜ਼ ਨੂੰ ਵੀ ਫਰਕ ਪੈਂਦਾ ਇਹਦੇ ਜੇ ਤੁਸੀਂ ਇਵੇਂ ਕਰੋਗੇ ਤੇ ਅਸੀਂ ਜਿਹੜਾ H1B ਦਾ ਖੁੱਲ੍ਹਾ ਕੋਟ ਹੈ ਜਿਹਦੇ 70% ਇੰਡੀਆ ਤੋਂ ਆਉਂਦੇ ਨੇ ਇਹਨੂੰ ਅਸੀਂ ਕੰਟਰੀ ਵਾਈਜ਼ ਕਰ ਦਿਆਂਗੇ ਤੁਹਾਨੂੰ 15% ਤੇ ਲੈ ਆਵਾਂਗੇ ਸੋ ਮੈਂ ਸਮਝਦਾ ਵੀ ਭਾਰਤ ਨੂੰ ਇਹ ਲੋੜ ਵੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਕਿ ਅਸੀਂ ਸਾਰੇ ਆਂਡੇ ਇੱਕੋ ਟੋਕਰੀ 'ਚ ਪਾਏ ਹੋਏ ਨੇ ਔਰ ਇੱਥੇ ਕੁਛ ਬਦਲ ਰਿਹਾ ਔਰ ਇਸ ਦੇ ਨਾਲ ਹੀ ਮੈਂ ਸਮਝਦਾ ਵੀ ਚਾਈਨਾ ਜਿਹੜੇ ਕਿ ਮਾਸਟਰ ਨੇ ਡਿਪਲੋਮੇਸੀ ਦੇ ਉਹਨਾਂ ਨੇ ਐਜ਼ ਯੂਜੂਅਲ ਕਿਰਗਿਸਤਾਨ ਦੇ ਵਿੱਚ ਵੀ ਥੋੜਾ ਬਹੁਤ ਇਹਨਾਂ ਨੂੰ ਇੰਡੀਆ ਨੂੰ ਕੋਟ ਕੀਤਾ ਥੋੜਾ ਚਾਈਨਾ ਵੀ ਸਮਝ ਰਿਹਾ ਕਿ ਜੇ ਅਮਰੀਕਾ ਨਾਲ ਇਹ ਜਿਹੜੀ ਹੈ ਲੰਬੀ ਟੱਕਰ ਵੱਲ ਜਾਂਦਾ ਤੇ ਭਾਰਤ ਨੂੰ ਜਿਹੜਾ ਥੋੜਾ ਜਿਹਾ ਰੱਖਿਆ ਜਾਏ ਇਨ ਗੁੱਡ ਹਿਊਮਰ ਪਾਕਿਸਤਾਨ ਨਾਲ ਤਾਂ ਉਹਦੇ ਸੰਬੰਧ ਹੈ ਹੀ ਨੇ ਉਹ ਭਾਰਤ ਨੂੰ ਵੀ ਪਤਾ ਔਰ ਉਹ ਕੋਈ ਚੇਂਜ ਨਹੀਂ ਹੋਣੇ ਸੋ ਮੈਂ ਸਮਝਦਾ ਵੀ ਇਹਨਾਂ ਦੇ ਵਿੱਚ ਉਹ ਖਾਨਾ ਪੂਰੀ ਜ਼ਰੂਰ ਕੀਤੀ ਹੈ ਬਟ ਸਟਿਲ ਇਟ ਇਜ਼ ਏ ਪੋਜ਼ਿਟਿਵ ਸਟੈਪ ਉਹਦਾ ਚਿੱਠੀ ਦਾ ਜਵਾਬ ਦੇਣਾ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਮੈਂ ਨਹੀਂ ਸਮਝਦਾ ਵੀ ਇਹ ਕੋਈ ਸਿੰਸੀਅਰ ਨੇ ਇਹਨਾਂ ਨੇ ਤਾਂ ਜਿਵੇਂ ਅਸੀਂ ਪਿਛਲੀ ਡਿਸਕਸ਼ਨ 'ਚ ਦੇਖਿਆ ਸੀ ਕਿ 130 ਸਿੱਖਾਂ ਦਾ ਜਥਾ ਜਿਹੜਾ ਅਟਾਰੀ ਬਾਰਡਰ ਤੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਲਈ 16 ਜੂਨ ਨੂੰ ਜਾ ਰਿਹਾ ਸੀ ਕਿਵੇਂ ਉਹਨਾਂ ਨੂੰ ਖੱਜਲ ਖਰਾਬ ਕੀਤਾ ਸਟੇਸ਼ਨ ਵੀ ਉਹਨਾਂ ਲਈ ਬੰਦ ਕਰ ਦਿੱਤਾ ਨਾ ਪਾਣੀ ਨਾ ਟਾਇਲਟ ਕੁਛ ਨਹੀਂ ਸੀ ਸੋ ਇਹ ਜੇ 16 ਜੂਨ ਵਾਲਾ ਜਿਹੜਾ ਜਥਾ ਇਹ 14 ਜੂਨ ਦਾ ਵਾਕਿਆ ਜੇ 14 ਜੂਨ ਨੂੰ ਇਹ ਹੋਇਆ ਤੇ ਚਿੱਠੀ ਉਹ 12 ਜੂਨ ਨੂੰ ਲਿਖ ਰਿਹਾ ਕਿਹੜਾ ਕਰਤਾਰਪੁਰ ਦਾ ਲਾਂਘਾ ਉਹਨਾਂ ਨੇ ਬਣਾਉਣਾ ਜੀ ਜਾਂ ਕਿਹੜੀ ਪ੍ਰੋਗਰੈਸ ਉਹਨਾਂ ਨੇ ਕਰਨੀ ਹੈ ਪਰ ਮੈਂ ਸਮਝਦਾ ਸਟਿਲ ਜੇ ਉਹਨੂੰ ਤੁਸੀਂ ਟੂ ਐਂਡ ਇਟ ਔਨ ਦਾ ਪੋਜ਼ਿਟਿਵ ਨੋਟ ਹੋਏ ਕਿ ਐਟ ਲੀਸਟ ਇਹ ਜ਼ਰੂਰ ਨਜ਼ਰ ਆਇਆ ਕਿ ਆਈਸ ਹੈਜ਼ ਸਟਾਰਟਡ ਮੈਲਟਿੰਗ ਜੀ ਬਿਲਕੁਲ ਤੇ ਮਲਿਕ ਸਾਹਿਬ ਜਿੱਥੇ ਇਹ ਸਾਰੇ ਪਾਰਟ ਨੂੰ ਅਸੀਂ ਦੇਖ ਰਹੇ ਹਾਂ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਹੁਣ ਦੂਜੀ ਵਾਰ ਹੋਂਦ ਦੇ ਵਿੱਚ ਆਈ ਹੈ ਇੱਕ ਪਹਿਲਾਂ 2014 ਦੇ ਵਿੱਚ ਜਿਹੜੇ ਨਾਅਰੇ ਸੀ ਸਬਕਾ ਸਾਥ ਸਬਕਾ ਵਿਕਾਸ ਬਲੈਕ ਮਨੀ ਜਿਹੜੀ ਹੈਗੀ ਹੈ ਉਹ ਅਸੀਂ ਵਾਪਸ ਲੈ ਕੇ ਆਵਾਂਗੇ ਇਸ਼ੂ ਬੇਸਡ ਇੱਕ ਕੈਂਪੇਨ ਸੀ ਜਿਹੜਾ ਉਹਦੇ ਵਿੱਚੋਂ ਨਿਕਲਿਆ ਨਹੀਂ ਨਿਕਲਿਆ ਇੱਕ ਵੱਖਰੀ ਗੱਲ ਹੈ ਪਰ ਇਸ਼ੂ ਬੇਸਡ ਕੈਂਪੇਨ ਸੀ ਜਿਹੜਾ BJP ਵੱਲੋਂ ਲੀਡ ਕੀਤਾ ਗਿਆ ਸੀ ਹੁਣ ਜਦੋਂ ਦੁਬਾਰਾ ਸਰਕਾਰ ਬਣਾਈ ਹੈ ਤਾਂ ਸਾਰੇ ਜਿਹੜੇ ਇਸ਼ੂਜ਼ ਹੈਗੇ ਆ ਉਹ ਪਾਸੇ ਰੱਖ ਕੇ ਇਹ ਕੰਪਲੀਟਲੀ ਪਾਕਿਸਤਾਨ ਨੂੰ ਨੈਗੇਟ ਕਰਨ ਦੀ ਲਾਈਨ ਟੈਰਰਿਜ਼ਮ ਦੇ ਨਾਲ ਜੋੜਨ ਦੀ ਲਾਈਨ ਫਿਰ ਮਾਈਨੋਰਿਟੀਜ਼ ਨੂੰ ਟਾਰਗੇਟ ਕਰਨਾ ਖਾਸ ਤੌਰ 'ਤੇ ਮੁਸਲਮਾਨਾਂ ਨੂੰ ਦਲਿਤਾਂ ਨੂੰ ਅਤੇ ਈਵਨ ਹੁਣ ਜਿਵੇਂ ਸਿੱਖਾਂ ਦੇ ਖਿਲਾਫ਼ ਵੀ ਅਸੀਂ ਸ਼ਿਲੌਂਗ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਉਦਾਹਰਣ ਦੇ ਤੌਰ 'ਤੇ ਦੇਖਿਆ ਸੋ ਇਹ ਸਾਰੇ ਪਾਰਟ ਨੂੰ ਜਦੋਂ ਦੇਖਦੇ ਹਾਂ ਤਾਂ ਇੱਕ ਹੁਣ ਜਦੋਂ 17ਵੀਂ ਲੋਕ ਸਭਾ ਦੀ ਜਿਹੜੀ ਹੈਗੀ ਹੈ ਓਥ ਟੇਕਿੰਗ ਸੈਰੇਮਨੀ ਹੋਈ ਹੈ ਉਹਦੇ ਵਿੱਚ ਜਿਹੜੇ ਸਾਰੇ ਲੀਡਰਜ਼ ਹੈਗੇ ਨੇ ਖਾਸ ਤੌਰ 'ਤੇ ਜਿਹੜੇ BJP ਨਾਲ ਸੰਬੰਧਿਤ ਆ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਜੈ ਸ਼੍ਰੀ ਰਾਮ ਦੇ ਜਿਹੜੇ ਨਾਅਰੇ ਹੈਗੇ ਆ ਜੈ ਮਾਤਾ ਦੀ ਤੋਂ ਲੈ ਕੇ ਭਾਰਤ ਮਾਤਾ ਕਿੰਨੇ ਜਿਹੜੇ ਹੈਗੇ ਆ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਮਤਲਬ ਇੱਕ ਪੋਲਰਾਈਜੇਸ਼ਨ ਦੀ ਜਿਹੜੀ ਸਿਖਰ ਮੈਂ ਕਹੂੰਗਾ ਵੀ ਜਿੱਥੇ ਜਿਹੜਾ ਗੜ੍ਹ ਹੈ ਜਾਂ ਜਿਹੜਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਸੈਕੂਲਰਿਜ਼ਮ ਦਾ ਜਿਹੜਾ ਸੈਂਟਰ ਹੈ ਉਹਦੇ ਵਿੱਚ ਧਰਮ ਨਿਰਪੱਖਤਾ ਦੀ ਗੱਲ ਨਾ ਹੋ ਕੇ ਇਸ ਲੈਵਲ ਤੱਕ ਗੱਲ ਚਲੀ ਜਾਣੀ ਕਿ ਸਾਰੇ ਜਿਹੜੇ ਆਪੋ ਆਪਣੇ ਨਾਅਰੇ ਮਾਰ ਰਹੇ ਆ ਇਹ ਕੀ ਸੰਕੇਤ ਦਿੰਦਾ ਦੇਖੋ ਮੈਂ ਕੱਲ੍ਹ ਦੇਖ ਰਿਹਾ ਸੀ ਉੱਥੇ ਮੁਖਤਲਿਫ ਜਿਹੜੀ ਰਾਜਨੀਤੀ ਜਮਾਤਾਂ ਜਿੱਤ ਕੇ ਪਹੁੰਚੀਆਂ ਲੋਕ ਸਭਾ ਦੇ ਅੰਦਰ ਉਹ ਓਥ ਟੇਕਿੰਗ ਸੈਰੇਮਨੀ ਕਿਉਂਕਿ ਹਰ ਜਿਹੜਾ ਜਿੱਤਦਾ ਹੈ ਮੈਂਬਰ ਆਫ ਪਾਰਲੀਮੈਂਟ ਉਹਦੇ ਕੋਲੋਂ ਓਥ ਲਿੱਤੀ ਜਾਂਦੀ ਹੈ ਅਤੇ ਇਹ ਹੁੰਦਾ ਹੈ ਕਿ ਉਹ ਕਿਹੜੀ ਜ਼ਬਾਨ ਕਿਹੜੀ ਭਾਸ਼ਾ ਜਾਂ ਕਿਸ ਜਾਂ ਕਿਹੜੇ ਧਰਮ ਦੇ ਹਿਸਾਬ ਨਾਲ ਉਹ ਓਥ ਲੈਂਦਾ ਹੈ ਇਹਦੀ ਦੁਨੀਆ ਦੇ ਅੰਦਰ ਅਮੂਮਨ ਮੈਜੋਰਿਟੀ ਜਿਹੜੇ ਮੁਲਕ ਆ ਉਹਦੀ ਇਜਾਜ਼ਤ ਦਿੰਦੇ ਆ ਅਮਰੀਕਾ ਦੇ ਅੰਦਰ ਵੀ ਹੁਣ ਜਿਹੜੀ ਦੋ ਮੁਸਲਮਾਨ ਲੇਡੀਜ਼ ਜਿੱਤੀਆਂ ਇੱਕ ਤਾਂ ਉਹਨਾਂ ਨੇ ਵੀ ਕੁਰਾਨ 'ਤੇ ਯਾਨੀ ਓਥ ਲਿੱਤਾ ਅਤੇ ਓਥ ਦਾ ਮਕਸਦ ਇਹ ਹੁੰਦਾ ਹੈ ਕਿ ਯਾਨੀ ਹਰ ਬੰਦਾ
ਜਿਹੜੇ ਵੀ ਧਰਮ ਦਾ ਫਾਲੋਅਰ ਹੁੰਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਉਸ ਹਿਸਾਬ ਲੈ ਲੈ। ਲੇਕਿਨ ਬੀਜੇਪੀ ਚੂੰਕਿ ਮੈਜੋਰਿਟੀ ਦੇ ਅੰਦਰ ਜਿੱਤ ਕੇ ਆਈ ਹੈ, 303 ਸ਼ਾਇਦ ਉਹਨਾਂ ਦੀ ਲੋਕ ਸਭਾ ਦੇ ਅੰਦਰ ਉਹਨਾਂ ਦੀ ਆਪਣੀ ਸੀਟਾਂ, ਅਤੇ ਜਿਹੜਾ ਉਹਨਾਂ ਦੇ ਨਾਲ ਅਲਾਇੰਸ ਹੈ ਉਹ ਮਿਲਾ ਕੇ ਤਕਰੀਬਨ ਕੋਈ 350 ਹੈ ਉੱਥੇ ਜੋ ਕੁਛ। ਔਰ ਖਾਸ ਤੌਰ 'ਤੇ ਜਿਹੜੀ ਉਹ ਸਾਧਵੀ ਪ੍ਰਤਿਗਿਆ ਠਾਕੁਰ ਹੈ ਉਹਨੇ ਜਿਸ ਤਰ੍ਹਾਂ ਕੱਲ੍ਹ ਓਥ ਲੈ ਕੇ ਜੋ ਡਰਾਮੇਬਾਜ਼ੀ ਕੀਤੀ ਔਰ ਜਿਸ ਤਰ੍ਹਾਂ ਉਹਨੂੰ ਡਿਲੇ ਔਰ ਕੰਟਰੋਵਰਸ਼ਲ ਬਣਾਇਆ ਉਹ ਪੈਗਾਮ ਉਹ ਆਪ ਨਹੀਂ ਕਰੀ, ਉਹਦੇ ਪਿੱਛੇ ਬੀਜੇਪੀ ਅਤੇ RSS ਦੀ ਉਹ ਜਿਹੜੀ ਟੀਮ ਹੈ ਉਹਨਾਂ ਦੀ ਇੰਸਟਰਕਸ਼ਨ ਹੋਣੀ ਹੈ ਕਿ ਇਸ ਕਿਸਮ ਦੇ ਜਿਹੜੇ ਰੁਝਾਨਾਤ ਲੋਕ ਸਭਾ 'ਤੇ, ਜਿਹਨੂੰ ਮੈਂ ਸਮਝਦਾ ਕਿ ਨੈਸ਼ਨਲ ਐਸੋਸੀਏਸ਼ਨ ਆਫ ਇੰਡੀਆ ਯਾਨੀ ਜਿਹੜਾ ਕੌਮੀ ਅਸੈਂਬਲੀ ਦਾ ਐਵਾਨ ਹੁੰਦਾ ਹੈ ਉਹ ਯਾਨੀ ਉਹ ਜ਼ਾਹਿਰ ਕਰਦਾ ਹੈ ਕਿ ਕਿਸੇ ਮੁਲਕ ਦੇ ਪੜ੍ਹੇ ਲਿਖੇ ਜਿਹੜੇ ਕਾਨੂੰਨ ਸਾਜ਼ ਅਸੈਂਬਲੀ ਦੇ ਲੋਕ ਆ ਉਹ ਕੀ ਬਿਹੇਵ ਜਾਂ ਕੀ ਅੱਗੇ ਯਾਨੀ ਰਾਜਨੀਤੀ ਜਾਂ ਕਾਨੂੰਨ ਬਣਾਉਣਗੇ। ਅਗਰ ਉੱਥੇ ਇਸ ਕਿਸਮ ਦਾ ਇਹ ਵਿਗਾੜ ਪੈਦਾ ਕੀਤਾ ਜਾ ਰਿਹਾ ਹੈ ਅਤੇ ਮੈਂ ਉਹ ਇਹ ਵੀ ਦੇਖਿਆ ਕਿ ਇੱਕ ਦੂਸਰੇ ਪਾਸੇ ਅਸਦੁੱਦੀਨ ਅਵੇਸੀ ਅਤੇ ਸਮਾਜਵਾਦੀ ਪਾਰਟੀ ਦਾ ਇੱਕ ਮੁਸਲਮਾਨ MP ਸੀ ਉਹਨੇ ਸਾਫ਼ ਕਿਹਾ ਕਿ ਬੰਦੇ ਮਾਤਰਮ ਜਿਹੜਾ ਹੈ ਮੈਂ ਨਹੀਂ ਬੋਲ ਸਕਦਾ ਕਿਉਂਕਿ ਮੇਰੇ ਅਕੀਦੇ ਦੇ ਖਿਲਾਫ਼ ਹੈ। ਅਤੇ ਉਹਨੇ ਯਾਨੀ ਆਪਣੇ ਹਿਸਾਬ ਨਾਲ ਉੱਥੇ ਯਾਨੀ ਸ਼ਪਥ ਲਿੱਤੀ ਅਤੇ ਇਹ ਲੇਕਿਨ ਜੋ ਕੁਛ ਉੱਥੇ ਇਹ ਹੋਇਆ ਉਸ ਤੋਂ ਜਿਹੜਾ ਇੰਡੀਆ ਦਾ ਜਿਹੜਾ ਅਸਲ ਚਿਹਰਾ ਹੈ ਜੋ ਉਹ ਛੁਪਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਦੁਬਾਰਾ ਜ਼ਾਹਿਰ ਹੋਇਆ। ਕਿਸੇ ਇਲੈਕਸ਼ਨ ਨੂੰ ਦੁਬਾਰਾ ਜਿੱਤਣਾ ਇੱਦਾਂ ਹੀ ਹੁੰਦਾ ਹੈ ਕਿ ਤੁਸੀਂ ਕਿਸੇ ਮੈਚ ਜਿੱਤਣ ਦੇ ਬਾਅਦ ਜਦੋਂ ਤੁਹਾਡਾ ਨਵਾਂ ਮੈਚ ਹੁੰਦਾ ਤਾਂ ਤੁਸੀਂ ਦੁਬਾਰਾ ਤੋਂ ਉਹਦੀ ਪਲੈਨਿੰਗ ਕਰਦੇ ਹੋ ਕਿ ਅਸੀਂ ਮਿਸਾਲ ਦੇ ਤੌਰ 'ਤੇ ਅਗਰ ਆਸਟ੍ਰੇਲੀਆ ਦੀ ਜਾਂ ਇੰਗਲੈਂਡ ਦੀ ਟੀਮ ਹੈ ਮਜ਼ਬੂਤ ਟੀਮ ਹੈ ਅਤੇ ਅਸੀਂ ਇਹਦੇ ਖਿਲਾਫ਼ ਅਗਰ ਇੱਕ ਮੈਚ ਜਿੱਤ ਗਏ ਅਤੇ ਮਜ਼ਬੂਤ ਟੀਮ ਦੇ ਖਿਲਾਫ਼ ਜਾਣਾ ਅਤੇ ਅਸੀਂ ਕੀ ਮਨਸੂਬਾਬੰਦੀ ਕਰਨੀ ਆ। ਅਤੇ ਹੂ ਬਹੂ ਜਿਹੜੀ BJP ਅਤੇ RSS ਮਾਇੰਡ ਜਿਹੜੇ ਉੱਥੇ ਲੋਕ ਜਿੱਤ ਕੇ ਲੋਕ ਸਭਾ ਦੇ ਅੰਦਰ ਆਏ ਆ ਉਹਨਾਂ ਨੂੰ ਇਹ ਇੰਸਟਰਕਸ਼ਨ ਦਿੱਤੀ ਗਈ ਸੀ ਤੁਸੀਂ ਜਾ ਕੇ ਇਹ ਐਟਮੋਸਫੇਅਰ ਉੱਥੇ ਕ੍ਰੀਏਟ ਕਰਨਾ, ਇਸ ਤੋਂ ਮੈਸੇਜ ਇਹ ਦੇਣਾ ਹਿੰਦੁਸਤਾਨ ਦੀ ਛੋਟੀ ਗਿਣਤੀਆਂ ਦੇ ਲੋਕਾਂ ਨੂੰ। ਜਿੱਥੇ ਤੱਕ ਮੈਂ ਯਾਨੀ ਸਮਝ ਪਾਇਆ ਕਿ ਤੁਸੀਂ ਜਿਹੜੇ ਨਾ ਦੱਬ ਕੇ ਰਹੋਗੇ ਅਤੇ ਆਇੰਦਾ ਜੋ ਕੁਛ RSS ਅਗਲੇ 5 ਸਾਲ ਦੇ ਅੰਦਰ ਚਾਹੁੰਦੀ ਹੈ BJP ਦਾ ਏਜੰਡਾ ਜਿਹੜਾ ਹੈ ਉਹੀ ਹੋਏਗਾ। ਲੇਕਿਨ ਇਹ ਕਿ ਜਿਸ ਤਰ੍ਹਾਂ ਹੁਣ ਦਿੱਲੀ ਦੇ ਅੰਦਰ ਸਾਡੀ ਪੰਜਾਬੀ ਉੱਥੇ ਲੋਕ ਖੜ੍ਹੇ ਹੋਏ, ਸਿੱਖ ਕਮਿਊਨਿਟੀ ਖੜ੍ਹੀ ਹੋਈ ਅਤੇ ਉਹਨਾਂ ਨੇ ਉੱਥੇ ਫਿਰ ਉਹਨਾਂ ਨੂੰ ਦੱਸਿਆ ਕਿ ਜਦੋਂ ਗੱਲ ਰਾਹ ਪਿਆ ਜਾਣੇ ਅਤੇ ਵਾਹ ਪਿਆ ਜਾਣ ਦੀ ਹੁੰਦੀ ਹੈ ਅਤੇ ਫਿਰ ਉਹਨਾਂ ਨੇ ਹੱਥਾਂ ਦੇ ਨਾਲ ਇਹ ਦੱਸਿਆ ਕਿ ਅਸੀਂ ਪੰਜਾਬ ਦੇ ਲੋਕ ਹਾਂ, ਅਗਰ ਇੱਥੇ ਸਾਡੇ ਕਿਸੇ ਬੇਗੁਨਾਹ ਜਾਂ ਕਿਸੇ ਪਰਿਵਾਰ ਨੂੰ ਤੁਸੀਂ ਇਸ ਕਿਸਮ ਦੀ ਰਿਆਸਤੀ ਦਹਿਸ਼ਤਗਰਦੀ ਕਰੋਗੇ ਅਤੇ ਯਾਨੀ ਪੁਲਿਸ ਗਰਦੀ ਕਰੋਗੇ ਅਤੇ ਫਿਰ ਅਸੀਂ ਜਿਹੜੇ ਆ ਉਹਨਾਂ ਦੇ ਨਾਲ ਖੜ੍ਹੇ ਹੋਵਾਂਗੇ। ਅਤੇ ਮੈਂ ਸਮਝਦਾ ਕਿ ਇਹ ਜਿਹੜਾ ਮੈਸੇਜ ਸੀ ਇਹ ਵੀ BJP ਗੌਰਮੈਂਟ ਨੂੰ ਮਿਲਿਆ ਹੈ, ਲੇਕਿਨ ਜੋ ਕੁਛ ਲੋਕ ਸਭਾ ਦੇ ਅੰਦਰ ਹੋਇਆ ਉਸ ਤੋਂ ਪੂਰੀ ਦੁਨੀਆ ਦੇ ਅੰਦਰ ਇੰਡੀਆ ਦਾ ਜਿਹੜਾ ਅਸਲ ਚਿਹਰਾ ਹੈ ਉਹ ਸਾਹਮਣੇ ਆਇਆ, ਜਿਹਦੇ ਵਾਸਤੇ ਅਫਸੋਸ ਹੀ ਕੀਤਾ ਜਾ ਸਕਦਾ ਜੀ। ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ, ਜਿਵੇਂ ਵੱਡੇ ਲੈਵਲ 'ਤੇ ਪ੍ਰਚਾਰਿਆ ਜਾਂਦਾ ਵੀ ਜੀ ਸੈਕੂਲਰ ਇੰਡੀਆ, ਧਰਮ ਨਿਰਪੱਖ ਇੰਡੀਆ, ਅਤੇ ਉਸੇ ਧਰਮ ਨਿਰਪੱਖ ਇੰਡੀਆ ਦੀ ਜਿਹੜੀ ਟੈਂਪਲ ਕਹਿ ਸਕਦੇ ਹਾਂ ਜਿਹੜਾ ਸੈਂਟਰ ਹੈ ਪਾਰਲੀਮੈਂਟ, ਉੱਥੇ ਇਹ ਵਰਤਾਰਾ ਹੋਣਾ? ਦੇਖੋ BBC ਦੀ ਹਿੰਦੀ ਸਰਵਿਸ ਨੇ ਅੱਜ ਇੱਕ ਕਾਰਟੂਨ ਬਣਾਇਆ, ਉਹਦੇ 'ਚ ਭਾਰਤ ਦੀ ਪਾਰਲੀਮੈਂਟ ਦਾ ਥੱਲੇ ਸੀਨ ਹੈ ਔਰ ਉਹਦੇ 'ਚ ਉਹ ਸਹੁੰ ਚੁੱਕਦਿਆਂ ਜੈ ਸ਼੍ਰੀ ਰਾਮ ਕਹਿ ਰਿਹਾ ਅਤੇ ਰਾਮ ਚੰਦਰ ਦੀ ਪਿਕਚਰ ਉੱਪਰ ਹੈ, ਉਹ ਜਿਹੜਾ ਧਿਆਨ 'ਚੋਂ ਉੱਖੜ ਕੇ ਅਤੇ ਥੱਲੇ ਵੱਲ ਦੇਖਦੇ ਨੇ ਅਤੇ ਉਹਨਾਂ ਦਾ ਇੱਕ ਹੋਰ ਭਗਤ ਉਹਨਾਂ ਨੂੰ ਕਹਿੰਦਾ ਯੇ ਰਾਮ ਜੀ ਆਪਕੋ ਯਾਦ ਨਹੀਂ ਕਰ ਰਹਾ, ਮਮਤਾ ਜੀ ਕੋ ਚੜਾਨੇ ਕੇ ਲੀਏ ਆਪ ਆਰਾਮ ਸੇ ਬੈਠੇ ਜੀ। ਹੁਣ ਜ਼ਾਹਰ ਹੈ ਕਿ ਜਿਵੇਂ ਮਲਿਕ ਸਾਹਿਬ ਨੇ ਕਿਹਾ ਕਿ ਵੀ ਤੁਹਾਡਾ ਅਕੀਦਾ ਕੀ ਹੈ ਜਦੋਂ ਤੁਸੀਂ ਕਿਸੇ ਵੀ ਔਰ ਖਾਸ ਤੌਰ 'ਤੇ MP ਜਾਂ MLA ਸਟੇਟ ਅਸੈਂਬਲੀ 'ਚ ਹੁੰਦੇ ਹੋ, ਤੁਸੀਂ ਇਹ ਸਹੁੰ ਚੁੱਕਣੀ ਹੁੰਦੀ ਹੈ ਕਿ ਜਿਹੜਾ ਆਇਨ ਹੈ ਕਾਂਸਟੀਟਿਊਸ਼ਨ ਹੈ ਉਹਦੇ ਨਾਲ ਵਫਾ ਕਰਦੇ ਆ ਤੁਸੀਂ ਆਪਣੇ ਫਰਜ਼ਾਂ ਦੀ ਅਦਾਇਗੀ ਕਰੋਗੇ ਔਰ ਇਹ ਭਾਰਤ ਦੇ ਉਸ ਸਹੁੰ ਚੁੱਕ ਸਮਾਗਮ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਜਾਂ ਆਇਨ ਦੇ ਨਾਂ 'ਤੇ ਜਾਂ ਰੱਬ ਦੇ ਨਾਂ 'ਤੇ ਸਹੁੰ ਚੁੱਕ ਸਕਦੇ ਹੋ। ਸੋ ਉਹਦੇ 'ਚ ਜੇ ਕਿਸੇ ਨੇ ਭਗਵਾਨ ਜਾਂ ਈਸ਼ਵਰ ਜਾਂ ਵਾਹਿਗੁਰੂ ਜਾਂ ਅੱਲਾਹ ਕਿਹਾ ਤਾਂ ਕੋਈ ਉਹ ਖਿਲਾਫ ਵਰਜ਼ੀ ਨਹੀਂ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਧਾਰਮਿਕ ਵਿਸ਼ਵਾਸ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਹਾਲਾਂ ਉਹਦਾ ਨਾਂ ਹੀ ਸਿੱਖਾਂ ਵਾਲਾ ਹੈ, ਵਿਆਹੀ ਵੀ ਉਹ ਕਿਸੇ ਹੋਰ ਨਾਲ ਹੈ ਬੰਬੇ 'ਚ, ਪਰ ਉਹ ਆਜ਼ਾਦ MLA ਜਿੱਤ ਕੇ ਆਈ ਹੈ ਅਮਰਾਵਤੀ ਤੋਂ, ਨਵਨੀਤ ਕੌਰ ਰਾਣਾ ਮੈਂਬਰ ਪਾਰਲੀਮੈਂਟ, ਉਹ ਇੰਟਰਵਿਊ ਦੇ ਰਹੇ ਸੀ ANI ਨੂੰ। ANI ਜਿਹੜਾ ਖੁਫੀਆ ਏਜੰਸੀਆਂ ਦਾ ਹੀ TV ਹੈ, ਉਹਨੇ ਕਿਹਾ ਜੀ ਮੰਦਰ ਨੇ ਰਾਮ ਜੈ ਸ਼੍ਰੀ ਰਾਮ ਕਹਿਣ ਲਈ, ਹੋਰ ਥਾਵਾਂ ਨੇ, ਉੱਥੇ ਜਾ ਕੇ ਗੱਲ ਕਰੋ।
ਪਾਰਲੀਮੈਂਟ ਦੇ ਵਿੱਚ ਇਹ ਤੁਹਾਡਾ ਇੱਕ ਲੋਕਾਂ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਇੱਥੇ ਕਨਸਟੀਟਿਊਸ਼ਨ ਦੀ ਬਾਲਾਦਸਤੀ ਹੈ, ਕਨਸਟੀਟਿਊਸ਼ਨ ਦੀ ਸੁਪਰਾਮੇਸੀ ਹੈ, ਇੱਥੇ ਆਪਣਾ ਇਹ ਜਿਹੜਾ ਆਉਂਦਾ ਸਲੀਵ ਤੁਸੀਂ ਬੰਨਿਆ ਹੋਇਆ ਇਹ ਕੰਮ ਨਾ ਕਰੋ। ਇਹ ਬਹੁਤ ਹੌਸਲੇ ਦੀ ਗੱਲ ਹੈ ਜਿਹੜੀ ਉਹਨੇ ਕਹੀ ਆ, ਔਰ ਉਹਨੂੰ ਵੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਸੋ ਮੈਂ ਇਹ ਸਮਝਦਾ ਵੀ ਉਹਦੇ ਚੋਂ ਦੋ ਤਿੰਨ ਮੈਸੇਜ ਜਿਹੜੇ ਨੇ ਬੜੇ ਕਲੀਅਰ ਨਿਕਲਦੇ ਨੇ। ਪਹਿਲੀ ਗੱਲ ਤਾਂ ਜਿਸ ਪਾਰਲੀਮੈਂਟ ਚ 542 ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬੈਠੇ ਨੇ, 40% ਇਹਨਾਂ ਚੋਂ ਕ੍ਰਿਮੀਨਲ ਨੇ, ਰੇਪਿਸਟ, ਮਰਡਰਸ, ਔਰ ਹੁਣ ਟੈਰਰਿਸਟ ਵੀ। ਉਹ ਸਾਧਵੀ ਪ੍ਰਗਿਆ ਹੋਏ ਜਾਂ ਮਿਸਟਰ ਸਾਰੰਗੀ ਹੋਏ ਉੜੀਸਾ ਦਾ, ਜਿਹਨੂੰ ਮਿਨਿਸਟਰ ਬਣਾਇਆ, ਜਿਹਨੇ ਡਾਕਟਰ ਗ੍ਰੇਮ ਸਟੈਨ ਤੇ ਉਹਦੇ ਦੋਨਾਂ ਮੁੰਡਿਆਂ ਨੂੰ ਜਿਉਂਦੇ ਸਾੜਿਆ ਸੀ। ਹੁਣ ਉਹਦੇ ਚ ਵੀ ਜੇ, ਔਰ ਦੂਸਰਾ ਜੇ ਤੁਸੀਂ ਉਹਦੇ ਚ ਅੰਡਰ ਕਰੰਟ ਦੇਖਣਾ, ਕਿ ਜੇ ਮਮਤਾ ਬੈਨਰਜੀ ਦੀ ਪਾਰਟੀ ਦੇ ਤ੍ਰਿਣਮੂਲ ਕਾਂਗਰਸ ਦੇ MP ਸਹੁੰ ਚੁੱਕਣ ਆਉਂਦੇ ਨੇ, ਤੇ ਉਹ ਚੜਾਉਣ ਦੇ ਲਈ ਜਿਵੇਂ ਮਮਤਾ ਬੈਨਰਜੀ ਦੇ ਖਿਲਾਫ ਬੰਗਾਲ ਚ ਇਹਨਾਂ ਨੇ ਸ਼ੁਰੂ ਕੀਤਾ, ਉਹ ਜਿਹੜਾ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਕਰਨ, ਉਹ ਸਹੁੰ ਚੁੱਕ ਕੇ ਕਹਿੰਦਾ ਜੈ ਬੰਗਾਲ, ਜੈ ਮਮਤਾ। ਹੁਣ ਇਹਦੇ ਚੋਂ ਦੋ ਮੈਸੇਜ ਗਏ ਵੀ ਜੇ ਤੋਂ ਜੈ ਬੰਗਾਲ ਦੀ ਗੱਲ ਹੁੰਦੀ ਹੈ, ਅਸੀਂ ਤਮਿਲਨਾਡੂ ਦੀ ਸੋਵਰਨਿਟੀ, ਕੇਰਲਾ ਦੀ, ਕਸ਼ਮੀਰ ਜਾਂ ਪੰਜਾਬ ਦੀ ਗੱਲ ਕਰਦੇ ਹਾਂ, ਇਹ ਤੱਕ ਅਸੀਂ ਬੰਗਾਲ ਦੀ ਸੈਪਰੇਸ਼ਨ ਦੀ ਗੱਲ ਤਾਂ ਨਹੀਂ ਕੀਤੀ ਕਦੇ। ਲੇਕਿਨ ਉਹ ਇਹ ਮੈਸੇਜ ਦੇ ਰਿਹਾ ਕਿ ਜੇ ਤੁਸੀਂ ਇਸ ਕਿਸਮ ਦਾ ਸਿਸਟਮ ਰੱਖਣਾ ਤੇ ਜੈ ਬੰਗਾਲ, ਵਿਕਟਰੀ ਟੂ ਬੰਗਾਲ, ਅਸੀਂ ਤੁਹਾਡਾ ਹਿੱਸਾ ਨਹੀਂ। ਦੂਸਰੀ ਗੱਲ ਅਸੀਂ ਦੇਖਦੇ ਹਾਂ ਜਿਹੜਾ ਜਦੋਂ ਸਮਾਜਵਾਦੀ ਪਾਰਟੀ ਹੈ, ਹੁਣ ਉਹਨਾਂ ਦੇ MP ਜਦੋਂ ਸਹੁੰ ਚੁੱਕਦੇ ਨੇ, ਜਿੱਥੇ ਇੱਕ ਨੇ ਖਲੋ ਕੇ ਕਿਹਾ, ਡਾਕਟਰ ਸਮਾਜਵਾਦੀ ਪਾਰਟੀ ਦਾ, ਉਹਨੇ ਕਿਹਾ ਜੀ ਅਸੀਂ ਬਿਲਕੁਲ ਇਹ ਬੰਦੇ ਮਾਤਰਮ ਨਹੀਂ ਮੰਨਦੇ, ਇਹ ਮੇਰੇ ਧਰਮ ਦੇ ਖਿਲਾਫ ਹੈ, ਮਜ਼ਹਬ ਦੇ ਖਿਲਾਫ ਹੈ। ਪਰ ਜਦੋਂ ਕਹਿੰਦੇ ਨੇ ਕਿ ਜੈ ਭੀਮ, ਜੈ ਮਹੀਮ, ਜਿਵੇਂ ਇਹਨੇ ਓਵੈਸੀ ਨੇ ਵੀ ਕਿਹਾ, ਹੁਣ ਭੀਮ ਜਿਹੜਾ ਦਲਿਤ, ਡਾਕਟਰ BR ਅੰਬੇਦਕਰ। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਕੰਬੀਨੇਸ਼ਨ, ਜਿੱਥੇ ਮੁਸਲਮਾਨ ਜਾਂ ਸਿੱਖ, ਜਿਵੇਂ ਪੰਜਾਬ ਦੇ ਵਿੱਚ ਇਸ ਵਾਰ ਜਿਹੜੀਆਂ ਖਹਿਰਾ ਜਾਂ ਦੂਜੀਆਂ ਪਾਰਟੀਆਂ ਸੀ, ਉਹਨਾਂ ਨੇ ਦਲਿਤ ਭਾਈਚਾਰੇ ਨਾਲ ਅਲਾਇੰਸ ਕੀਤਾ ਸੀ, ਇਹ ਇੱਕ ਪੋਜ਼ਿਟਿਵ ਸਾਈਨ ਹੈ ਕਿ ਇੱਕ ਮੁਸਲਮਾਨ ਹੋਏ ਜਾਂ ਕੱਲ ਨੂੰ ਕੋਈ ਸਿੱਖ ਵੀ MP ਇਸ ਕਿਸਮ ਦਾ ਆਏਗਾ, ਜਿਹੜਾ ਡਾਕਟਰ ਅੰਬੇਦਕਰ ਨੂੰ ਵੀ ਉਵੇਂ ਹੀ ਰੈਕਗਨਾਈਜ਼ ਕਰਦਾ ਜਿਵੇਂ ਉਹ ਬਾਕੀਆਂ ਨੂੰ ਕਰਦਾ। ਥਰਡ ਪਾਰਟ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜੇ ਉਹਨਾਂ ਨੇ ਜੈ ਭਾਰਤ ਤੇ ਜੈ ਸ਼੍ਰੀ ਰਾਮ ਤੇ ਜੈ ਫਲਾਣਾ ਸ਼ੁਰੂ ਕੀਤਾ, ਘੱਟੋ ਘੱਟ ਸੁਖਬੀਰ ਬਾਦਲ ਨੇ ਉੱਥੇ ਫਤਿਹ ਹੀ ਬੁਲਾਈ ਹੈ, ਉਹ ਵੀ ਕਿਤੇ ਜੈ ਰਾਮ, ਜੈ ਸ਼੍ਰੀ ਰਾਮ ਨਹੀਂ ਕਰਨ ਲੱਗ ਗਏ। ਔਰ ਭਗਵੰਤ ਮਾਨ ਜਿਹੜਾ ਉਹ ਇਨਕਲਾਬ ਜ਼ਿੰਦਾਬਾਦ ਵੀ ਕਰ ਰਿਹਾ, ਪੰਜਾਬੀ 'ਚ ਵੀ ਸਹੁੰ ਚੁੱਕ ਰਿਹਾ। ਸੋ ਮੈਂ ਸਮਝਦਾ ਵੀ ਪੰਜਾਬ ਨੇ ਇੱਕ ਵਾਰ ਫਿਰ ਵੱਖਰੀ ਸੁਰ ਦਿੱਤੀ ਹੈ ਕਿ ਵੀ ਅਸੀਂ ਤੁਹਾਡੇ ਜੈ ਭਾਰਤ ਜਾਂ ਉਸਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਔਰ ਇਸ ਸਾਰੇ ਨੂੰ ਅਸੀਂ ਇਸ ਸਪਿਰਿਟ ਦੇ ਵਿੱਚ ਹੀ ਲਈਏ ਕਿ ਭਾਰਤ ਜਿਹੜਾ ਹੈ ਉਹਦੇ 'ਚ ਨਾ ਇਹ ਕਦੇ ਐਜ਼ ਏ ਜੂਗਰੈਫੀਕਲ ਐਂਟੀਟੀ ਐਗਜ਼ਿਸਟ ਕਰਦਾ ਸੀ ਮੁਲਕ, ਇਹ 47 'ਚ ਜਾਣ ਲੱਗਿਆ ਅੰਗਰੇਜ਼ ਬਾਣੀਆਂ, ਹਿੰਦੂ ਬ੍ਰਾਹਮਣ ਬਾਣੀਆਂ ਨੂੰ ਦੇ ਗਿਆ। 72 ਸਾਲਾਂ 'ਚ ਇਹ ਇੱਕ ਕਨਸਟੀਟਿਊਸ਼ਨ ਦੁਨੀਆ ਦੇ ਸੰਵਿਧਾਨਾਂ ਦੀਆਂ, ਆਇਨਸ ਦੀਆਂ ਨਕਲਾਂ ਮਾਰ ਕੇ ਇੱਕ ਬਣਾ ਤਾਂ ਲਿਆ, ਪਰ ਉਹਦੇ 'ਤੇ ਕਿਸੇ ਦਾ ਫੇਥ ਨਹੀਂ ਹੈ। ਔਰ ਚੀਪ ਕਿਸਮ ਦੀ ਗੁੰਡਾਗਰਦੀ ਵਾਲੀ ਜਿਹੜੀ ਗਲੀਆਂ ਦੇ ਵਿੱਚ ਨਾਅਰਿਆਂ ਵਾਲੀ ਰਾਜਨੀਤੀ ਹੈ, ਉਹ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੀ ਦੇਖਣ 'ਚ ਆਈ, ਔਰ ਕੋਈ ਇਮੋਸ਼ਨਲ ਯੂਨਿਟੀ ਵੀ ਨਹੀਂ ਹੈ। ਤੁਸੀਂ ਭਾਰਤ ਹੋ, ਹਿੰਦ ਹੋ, ਇੰਡੀਆ ਹੋ, ਕੀ ਹੋ, ਤੁਹਾਡਾ ਕੋਈ ਆਇਨ ਹੈ, ਕੋਈ ਰਾਮ ਹੈ, ਕੋਈ ਰਾਧੇ ਰਾਧੇ ਕਰ ਰਿਹਾ, ਕੋਈ ਈਵਨ ਉਹਦੇ 'ਚ ਵੀ ਕੋਈ ਭੋਲੇ ਸ਼ਾਮ ਕਰ ਰਿਹਾ, ਕੋਈ ਜੈ ਗੋਰਖਨਾਥ ਕਰ ਰਿਹਾ। ਇਹਦਾ ਮਤਲਬ ਇਹ ਹੈ ਵੀ ਹਰ ਇੱਕ ਨੇ ਧੂੜ ਦੇ ਵਿੱਚ ਆਪਣੇ ਆਪਣੇ ਟੱਟੂ ਭਜਾਏ ਹੋਏ ਨੇ, ਕੋਈ ਉਹਨਾਂ ਦਾ ਉਹ ਨਹੀਂ। ਔਰ ਜਿਵੇਂ ਮੈਂ ਕੱਲ੍ਹ ਦੇ ਡਿਸਕਸ਼ਨ 'ਚ ਕਿਹਾ ਸੀ, ਮੈਂ ਕਿਹਾ ਉਹ ਬਾਬਰ 1526 'ਚ ਹਮਲਾਵਰ ਹੋਇਆ ਔਰ ਲੜਾਈ ਹੋ ਕੇ ਹਟੀ, ਅਤੇ ਅਗਲੇ ਦਿਨ ਉਹ ਦੇਖ ਰਿਹਾ ਸੀ ਕਿ ਵੀ ਸ਼ਾਮ ਨੂੰ ਨਿਕਲਿਆ, ਹਲਕਾ ਹਲਕਾ ਮੌਸਮ ਸੀ, ਕਿ ਉਹਨੇ ਦੇਖਿਆ ਸਾਹਮਣੇ ਪਹਾੜੀ ਤੇ ਥਾਂ ਥਾਂ ਅੱਗ ਬਲੀ ਹੋਈ ਹੈ, ਚੁੱਲ੍ਹੇ ਬਲੇ ਨੇ। ਉਹਨੇ ਉਹਦੇ ਨਾਲ ਫੌਜੀ ਸੀ, ਸੈਨਾਪਤੀ, ਉਹਨੂੰ ਪੁੱਛਿਆ ਵੀ ਇਹ ਕੀ ਹੈ, ਉਹ ਕਹਿੰਦਾ ਜੀ ਇਹ ਜਿਹੜੀ ਪਠਾਣਾ ਦੇ ਨਾਲ ਅੱਧੀ ਫੌਜ ਹੈ ਹਿੰਦੂਆਂ ਦੀ ਹੈ, ਹਿੰਦੂ ਰਾਜਪੂਤਾਂ ਦੀ, ਦੂਜਿਆਂ ਦੀ, ਇਹ ਇੱਕ ਦੂਜੇ ਦੇ ਹੱਥ ਦਾ ਬਣਿਆ ਨਹੀਂ ਖਾਂਦੇ, ਇਹ ਹਰ ਇੱਕ ਨੇ ਅੱਗ ਬਾਲੀ ਹੋਈ ਹੈ, ਆਪਣੀ ਆਪਣੀ ਹੰਡੀ ਧਰੀ ਹੋਈ ਹੈ ਇਹਨਾਂ ਨੇ ਬਣਾਉਣ ਦੇ ਲਈ। ਬਾਬਰ ਹੱਸਿਆ, ਕਹਿੰਦਾ ਇਹ ਕੀ ਲੜਨਗੇ ਸਾਡੇ ਨਾਲ, ਇਹਨਾਂ ਨੂੰ ਅਸੀਂ ਢਾ ਲਾਂਗੇ, ਜਿਹੜੇ ਇੱਕ ਥਾਂ ਤੇ ਇਕੱਠੇ ਖਾ ਨਹੀਂ ਸਕਦੇ, ਇਕੱਠੇ ਬਹਿ ਨਹੀਂ ਸਕਦੇ, ਇਹ 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 ਨਹੀਂ ਲੜ ਸਕਣਗੇ ਸਾਡੇ ਨਾਲ। ਔਰ ਹਿਸਟਰੀ ਗਵਾਹ ਹੈ ਕਿ ਬਾਬਰ ਦੀ ਉਹ ਪ੍ਰੈਡਿਕਸ਼ਨ ਕਿੰਨੀ ਟਰੂ ਸਾਬਤ ਹੋਈ। ਮੁਗਲ ਫਿਰ ਉੱਥੇ 250 ਸਾਲ ਜਿਹੜੇ ਨੇ ਉਹਨਾਂ ਨੇ ਉਹ ਹਕੂਮਤ ਕੀਤੀ। ਸੋ ਮੈਂ ਸਮਝਦਾ ਵੀ ਜੇ ਇਹਨਾਂ ਦੇ 542 MP ਖਲੋ ਕੇ ਪਾਰਲੀਮੈਂਟ ਜਿਹੜਾ ਆਇਨ ਉਹਨਾਂ ਨੇ 70 ਸਾਲ ਪਹਿਲਾਂ ਬਣਾਇਆ, ਉਹਦੇ ਥੱਲੇ ਸਹੁੰ ਨਹੀਂ ਚੁੱਕ ਸਕਦੇ ਉਸ ਆਇਨ ਦੀ, ਆਪਣੇ ਆਪਣੇ ਦੇਵਤੇ ਦਾ ਜਿਹੜਾ ਉਹ ਦੌੜਾਇਆ ਹੋਇਆ ਉਹਨਾਂ ਨੇ ਟੱਟੂ ਧੂੜ ਦੇ ਵਿੱਚ,
ਤੇ ਇਹ ਇਹ ਕਿਵੇਂ ਸਰਵਾਈਵ ਕਰਨਗੇ? ਜਾਏਗਾ ਹੀ ਜਾਏਗਾ, ਇਹ ਇੰਡੀਆ ਉਸੇ ਰਸਤੇ ਹੀ ਪਿਆ ਹੋਇਆ ਜਿਸ ਰਸਤੇ ਕਦੇ ਸੋਵੀਅਤ ਯੂਨੀਅਨ ਗਿਆ ਸੀ ਜਾਂ ਯੂਗੋਸਲਾਵੀਆ ਗਿਆ ਸੀ। ਮਤਲਬ ਜਿਹੜੀ ਡਿਵਾਈਡਿੰਗ ਲਾਈਨ ਆ ਉਹ ਇਸ ਹੱਦ ਤੱਕ ਨਜ਼ਰ ਆ ਰਹੀ ਹੈ ਜੀ। ਮਲਿਕ ਸਾਹਿਬ, ਜਿਵੇਂ ਅਸੀਂ ਭਾਰਤੀ ਅਤੇ ਇੰਡੀਅਨ ਕੰਟੈਕਸਟ ਅਤੇ ਪਾਕਿਸਤਾਨ ਦੇ ਜਿਹੜੇ ਰਿਲੇਸ਼ਨ ਹੈਗੇ ਆ ਇਸ ਬਾਬਤ ਗੱਲਬਾਤ ਕੀਤੀ ਹੈ, ਮੈਂ ਚਾਹੂੰਗਾ ਹੁਣ ਥੋੜ੍ਹਾ ਜਿਹਾ ਇੰਟਰਨੈਸ਼ਨਲ ਇਸ਼ੂਜ਼ ਨੂੰ ਵੀ ਅਸੀਂ ਜਾਂਦੇ ਜਾਂਦੇ ਟੱਚ ਕਰੀਏ। ਕਿਊਬੈਕ ਦੇ ਵਿੱਚ ਇੱਕ ਨਵਾਂ ਜਿਹੜਾ ਕੈਨੇਡਾ ਦਾ ਸੂਬਾ ਹੈ C21 ਕਰਕੇ ਨਾਮ ਦਾ ਉਹਨਾਂ ਨੇ ਬਿੱਲ ਪਾਸ ਕੀਤਾ ਅਤੇ ਜਿਹੜੇ ਰਿਲੀਜੀਅਸ ਸਿੰਬਲਸ ਨੇ ਉਹਨਾਂ ਨੂੰ ਪਹਿਨਣ 'ਤੇ ਜਿਹੜੀ ਹੈ ਪਾਬੰਦੀ ਲਾਈ ਹੈ। ਪਬਲਿਕ ਸੈਕਟਰਸ ਦੇ ਵਿੱਚ ਜਿਹੜੀਆਂ ਜੋਬਸ ਨੇ ਉਹ ਟੀਚਰਸ ਹੋਣ, ਹੋਰ ਐਡਮਿਨਿਸਟ੍ਰੇਟਿਵ ਜਿਹੜੀਆਂ ਜੋਬਸ ਨੇ ਉਹਨਾਂ 'ਤੇ ਉਹਨਾਂ ਨੇ ਪਾਬੰਦੀ ਲਾਈ ਹੈ। ਇਹਦੇ ਵਿੱਚ ਸਾਰੇ ਹੀ ਜਿਹੜੇ ਨੇ ਉਹ ਇਹਦੇ ਥੱਲੇ ਆਏ ਨੇ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਯਹੂਦੀ ਹੋਣ। ਕੀ ਸਮਝਦੇ ਹੋ ਕਿ ਮਤਲਬ ਇਹ ਇਕੱਲੀ, ਕਿਉਂਕਿ ਇਹ ਇਕੱਲੀ ਕਿਊਬਿਕ ਦਾ ਮਸਲਾ ਨਹੀਂ, ਓਰੀਜਨੇਟ ਉੱਥੋਂ ਹੁੰਦਾ, ਪਰ ਦੁਨੀਆ ਭਰ ਦੇ ਵਿੱਚ ਇਹਦੇ 'ਤੇ ਵਿਚਾਰ ਚਰਚਾ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਇਹਦੇ 'ਤੇ ਨਜ਼ਰ ਇਹ ਰੱਖੀ ਜਾ ਰਹੀ ਹੈ, ਕਿਉਂਕਿ ਇੱਦਾਂ ਦੀ ਐਗਜ਼ਾਮਪਲ ਫਰਾਂਸ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ। ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਫਰਾਂਸ ਦੇ ਵਿੱਚ ਵੀ ਇੱਦਾਂ ਦਾ ਲਾਅ ਪਾਸ ਹੋਇਆ। ਸੋ ਜਿਹੜੀ ਇਹ ਇੱਕ ਥੋਟ ਹੈ, ਰਾਈਟ ਵਿੰਗਰ ਥੋਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸਿਰ ਕੱਢ ਰਹੀ ਹੈ, ਕਿਵੇਂ ਦੇਖਦੇ ਹੋ? ਦੇਖੋ, ਦੁਨੀਆ ਦੇ ਅੰਦਰ ਹਰ 100 ਸਾਲ ਬਾਅਦ ਥਿਊਰੀ ਆਫ ਮਾਇੰਡ ਤਬਦੀਲ ਹੁੰਦੀ ਆ। ਉਹਦੇ ਅੰਦਰ ਜਿਹੜੀ ਤੁਹਾਡੀ ਧਾਰਮਿਕ ਵੈਲਿਊਜ਼ ਹੁੰਦੀਆਂ, ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੇ ਖਲੋਤੇ ਹੋ। ਹੁਣ ਚੁੱਕੇ ਅਸੀਂ ਓਵਰਸੀਜ਼ ਡਾਇਸਪੋਰਾ ਦੇ ਅੰਦਰ ਰਹਿੰਦੇ ਹਾਂ, ਨੌਰਥ ਅਮੈਰੀਕਾ ਦੇ ਅੰਦਰ, ਕੈਨੇਡਾ, ਅਮਰੀਕਾ ਦੇ ਅੰਦਰ, ਅਤੇ ਵੱਡੇ ਸ਼ਹਿਰਾਂ ਦੇ ਅੰਦਰ ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਮਲਟੀ ਐਥਨਿਕ ਇੱਥੇ ਕਮਿਊਨਿਟੀਜ਼ ਆ ਜੀ। ਅੱਛਾ, ਫਿਰ ਬਹੁਤ ਸਾਰੇ, ਅਗਰ ਨਿਊਯਾਰਕ ਦੀ ਜਾਂ ਲੋਸ ਐਂਜਲਿਸ ਦੀ, ਸ਼ਿਕਾਗੋ ਦੀ ਗੱਲ ਕਰੀਏ, ਉੱਥੇ ਬਹੁਤ ਸਾਰੇ ਮਲਟੀ ਐਥਨਿਕ ਨੁਮਾਇੰਦੇ ਜਿੱਤ ਕੇ ਲੋਕਲ ਕੌਂਸਲਮੈਨ, ਸਟੇਟ ਸੈਨੇਟ ਦੇ ਅੰਦਰ ਸਟੇਟ ਕਾਂਗਰਸਮੈਨ, ਇੱਥੇ ਤੱਕ ਕਿ ਹੁਣ US ਸੈਨੇਟ ਅਤੇ ਕਾਂਗਰਸ, US ਕਾਂਗਰਸ ਦੇ ਅੰਦਰ ਵੀ ਬਹੁਤ ਸਾਰੇ ਮਲਟੀ ਐਥਨਿਕ ਲੋਕ ਗਏ, ਖਾਸ ਤੌਰ 'ਤੇ ਉਹ ਜਿਹਨਾਂ ਦੇ ਬੱਚੇ ਇੱਥੇ ਪੜ੍ਹ ਲਿਖ ਗਏ, ਕਿਉਂਕਿ ਉਹ ਇਸ ਸਿਸਟਮ ਨੂੰ ਜਾਣਦੇ ਸੀ, ਸਾਡੇ ਕੋਲੋਂ ਵਧੀਆ ਉਹ ਗੱਲ ਕਰ ਸਕਦੇ ਸੀ ਜ਼ਬਾਨ ਦੀ ਬੁਨਿਆਦ 'ਤੇ। ਕਿਊਬਿਕ ਦੇ ਅੰਦਰ ਜੋ ਕੁਛ ਹੋਇਆ ਉੱਥੇ ਉਸ, ਇਹ ਦੇਖਣਾ ਪਏਗਾ ਕਿ ਉਹ ਜਿਹੜੀ ਪੂਰੀ ਆਬਾਦੀ ਹੈ ਉਸ 'ਤੇ ਅੱਜ ਵੀ ਜਿਹੜਾ ਅਸਰ ਹੈ ਉਹ ਮੁਖਤਲਿਫ ਤਬਕਿਆਂ ਦਾ ਹੈ। ਅੱਛਾ, ਜੋ ਕੁਛ ਉੱਥੇ ਬਿੱਲ ਪਾਸ ਹੋਇਆ ਜਾਂ ਜੋ ਕਾਨੂੰਨ ਉੱਥੇ ਪਾਸ ਕੀਤਾ ਗਿਆ, ਯੂਰਪ ਦੇ ਅੰਦਰ ਇਹ ਕਈ ਸਾਲਾਂ ਤੋਂ, ਖਾਸ ਤੌਰ 'ਤੇ ਜਦੋਂ ਇਹ ਦਹਿਸ਼ਤਗਰਦੀ ਦੇ ਨਾਂ 'ਤੇ ਪੱਗ, ਮੁਸਲਮਾਨ ਔਰਤਾਂ ਦੇ ਹਿਜਾਬ ਦਾ ਕਿਹਾ ਕਿ ਬੁਰਕੇ ਨਹੀਂ ਪਾ ਸਕਦੀ, ਹਿਜਾਬ ਨਹੀਂ ਪਾ ਸਕਦੀ, ਅਤੇ ਸਾਨੂੰ ਇੱਕ ਗੱਲ ਸਮਝ ਨਹੀਂ ਪੈਗੀ, ਹੈ ਤਾਂ ਗੱਲ ਮਾੜੀ ਲੇਕਿਨ ਸਾਨੂੰ ਇਹ ਦੇਖਣਾ ਪਏਗਾ ਕਿਉਂਕਿ ਅਸੀਂ ਬਾਏ ਚੁਆਇਸ ਇਹ ਮੁਲਕਾਂ ਦੇ ਅੰਦਰ ਆਏ ਆ। ਅੱਛਾ, ਇਹ ਤਮਾਮ ਚੀਜ਼ਾਂ ਅਸੀਂ ਤਬਦੀਲ ਕਿੱਦਾਂ ਕਰ ਸਕਦੇ ਹਾਂ? ਤਬਦੀਲ ਜਦੋਂ ਕਰ ਸਕਦੇ ਆ ਕਿ ਸਾਡਾ ਉਹ ਤਮਾਮ ਜਿਹੜੇ, ਅਗਰ ਕਿਊਬਿਕ ਦੀ ਮਿਸਾਲ ਦਿੱਤੀ ਜਾਏ ਤੇ ਮੈਂ ਕਿਊਬਿਕ ਦੇ ਪੂਰੇ ਨੌਰਥ ਅਮੈਰੀਕਾ ਦੀ ਗੱਲ ਕਰਦਾਂਗਾ, ਅਸੀਂ ਜਿਹੜੇ ਪਿੰਡ ਦੇ ਅੰਦਰ ਜਾਂ ਜਿਹੜੇ ਸ਼ਹਿਰ ਦੇ ਅੰਦਰ ਰਹਿੰਦੇ ਆ, ਸਾਨੂੰ ਉੱਥੇ ਦੂਸਰੀ ਜਿਹੜੀ ਘੱਟ ਗਿਣਤੀ ਦੇ ਲੋਕ ਆ ਉਹਨਾਂ ਦੇ ਨਾਲ ਬਣਾ ਕੇ ਰੱਖਣੀ ਪਏਗੀ। ਤੇ ਮੈਂ ਕਹਿ ਰਿਹਾ ਕਿ ਜਿਹੜੀ ਅਸੀਂ ਅਮਰੀਕਾ ਕੈਨੇਡਾ ਦੇ ਅੰਦਰ ਆ ਕੇ ਜਿਹੜੀ ਪੰਜਾਬ ਦੀ ਰਾਜਨੀਤੀਆਂ ਤੋਂ ਸਾਡੀ ਯਾਨੀ ਕਿ ਕਹਿੰਦੇ ਏਜ ਦੇ ਲੋਕ ਨਹੀਂ ਨਿਕਲ ਸਕੇ, ਕਿਉਂਕਿ ਹਰ ਵੇਲੇ ਸਾਨੂੰ ਇਹ ਫਿਕਰ ਹੁੰਦੀ ਹੈ ਕਿ ਚੜ੍ਹਦੇ ਪੰਜਾਬ ਦੀ ਰਾਜਨੀਤੀ ਕੀ ਹੈ, ਲੇਕਿਨ ਆਪਣੇ ਬੱਚਿਆਂ ਨੂੰ ਅਸੀਂ ਕੋਸ਼ਿਸ਼ ਨਹੀਂ ਕਰਦੇ ਕਿ ਕੌਂਸਲਮੈਨ ਅਤੇ ਜਿਹੜੇ ਲੋਕਲ ਅਫੇਅਰਸ ਆ ਉਹਦੇ ਅੰਦਰ ਇਨਵੋਲਵ ਕਰੀਏ, ਸਕੂਲ ਡਿਸਟ੍ਰਿਕਟ ਦੇ ਅੰਦਰ ਇਨਵੋਲਵ ਕਰੀਏ, ਆਪ ਸਕੂਲ ਬੋਰਡ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰੀਏ। ਇਹੀ ਉਹ ਚੀਜ਼ਾਂ ਜਦੋਂ ਅਸੀਂ ਇਨਵਾਲਵ ਹੋਵਾਂਗੇ ਅਤੇ ਇਸ ਕਿਸਮ ਦੇ ਕਾਨੂੰਨ ਦੇ ਸਾਹਮਣੇ ਅਸੀਂ ਜਿਹੜਾ ਨਾ ਪਹਿਰਾ ਦੇ ਸਕਾਂਗੇ। ਬਾਕੀ ਪਬਲਿਕ ਓਪੀਨੀਅਨ ਦੇ ਨਾਲ ਕਾਨੂੰਨ ਬਣਦੇ ਆ, ਪਬਲਿਕ ਓਪੀਨੀਅਨ ਦੇ ਨਾਲ ਹੀ ਕਾਨੂੰਨ ਅਮਿਡ ਹੁੰਦੇ ਆ, ਉਹਦੇ ਅੰਦਰ ਤਰਾਮੀਮ ਹੁੰਦੀਆਂ, ਅਤੇ ਇਹ ਜਿਹੜਾ ਬਣਿਆ ਇਹਦੇ ਅੰਦਰ ਜਿਹੜੇ ਕਿਊਬਿਕ ਦੇ ਅੰਦਰ ਖਾਸ ਤੌਰ 'ਤੇ ਸਾਡੇ ਪੰਜਾਬ ਦੇ ਲੋਕ ਆ ਔਰ ਇੰਡੀਆ ਔਰ ਖਾਸ ਤੌਰ 'ਤੇ ਕੈਨੇਡਾ ਦੇ ਅੰਦਰ ਪੰਜਾਬੀ ਟਰਾਂਸਪੋਰਟ 'ਤੇ ਜਿਸ ਤਰ੍ਹਾਂ ਛਾਏ ਹੋਏ ਆ, ਅਗਰ ਉਹ ਆਪਣੀ ਔਲਾਦਾਂ ਨੂੰ ਥੋੜ੍ਹਾ ਜਿਹਾ ਟਾਈਮ ਕੱਢ ਕੇ ਰਾਜਨੀਤੀ, ਕੈਨੇਡੀਅਨ ਰਾਜਨੀਤੀ, ਅਮੈਰੀਕਾ ਦਾ ਜਿਹੜਾ ਮੇਨ ਸਟ੍ਰੀਮ ਪੋਲੀਟੀਕਲ ਧਾਰਾ ਹੈ ਇਹਦੇ ਅੰਦਰ ਕੋਸ਼ਿਸ਼ ਕਰਕੇ ਕੁਝ ਸਮਾਂ ਕੱਢ ਕੇ ਉਹਨਾਂ ਨੂੰ ਇਨਵਾਲਵ ਕਰੀਏ, ਅਤੇ ਅਸੀਂ ਇਹ ਜਿਹੜੀ ਇਸ ਕਿਸਮ ਦੀ ਜਿਹੜੀ ਚੀਜ਼ਾਂ ਬੰਦਿਸ਼ਾਂ ਸਾਡੇ ਉੱਤੇ ਜਿਹਨੂੰ ਅਸੀਂ ਸਮਝਦੇ ਹਾਂ ਕਿ ਗਲਤ ਹੈ ਇਹ ਆਉਂਦੀਆਂ, ਇਹਨੂੰ ਸਾਡੀ ਜਿਹੜੀ ਔਲਾਦਾਂ ਇੱਥੇ ਸਕੂਲ, ਕਾਲਜ, ਯੂਨੀਵਰਸਿਟੀ ਤੋਂ ਪ੍ਰੈਕਟੀਕਲ ਲਾਈਫ ਦੇ ਅੰਦਰ ਆ ਰਹੀਆਂ ਉਹ ਇਹਦੇ ਸਾਹਮਣੇ ਖੜੀ ਹੋ ਸਕਦੀਆਂ ਔਰ ਉਹ ਖੜੀ ਵੀ ਹੋਣਗੀਆਂ। ਗੱਲ ਹੈ ਕਿ ਸਾਨੂੰ ਵੀ ਹੁਣ ਆਪਣੀ ਸਿਮਤ ਤਬਦੀਲ ਕਰਨੀ ਪਏਗੀ
ਔਰ ਇਹੀ ਵਕਤ ਹੈ ਕਿ ਅਸੀਂ ਆਪਣੀ ਜਿਹੜੀ ਇੱਥੇ ਪੀੜ੍ਹੀ ਹੈ ਉਹਨਾਂ ਨੂੰ ਦੱਸੀਏ ਕਿ ਜਿਹੜੀ ਜਿਹੜੀ ਮੁਸ਼ਕਲਾਂ ਸਾਨੂੰ ਨਜ਼ਰ ਆ ਰਹੀਆਂ ਉਹ ਸਿਰਫ ਇਹ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਇਹੀ ਇਹਨੂੰ ਤਬਦੀਲ ਕਰ ਸਕਦੀ ਹੈ ਜੀ। ਡਾਕਟਰ ਸਾਹਿਬ ਜਿਵੇਂ ਮਲਿਕ ਸਾਹਿਬ ਨੇ ਗੱਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਇਸ ਇਹਨਾਂ ਤਬਦੀਲੀਆਂ ਦੇ ਸਾਹਮਣੇ ਖਲੋ ਵੀ ਸਕਦੀ ਹੈ ਜਦੋਂ ਕਮਿਊਨਿਟੀਜ਼ ਦੇ ਵਿੱਚ ਵਿਚਰਦੀ ਹੈ, ਅਤੇ ਆਪਸੀ ਇਹਨਾਂ ਕਮਿਊਨਿਟੀਜ਼ ਦੇ ਨਾਲ ਜਦੋਂ ਆਪਸੀ ਭਾਈਵਾਲੀ ਦੀ ਸਾਂਝ ਦੀ ਗੱਲ ਹੁੰਦੀ ਹੈ ਅਤੇ ਉਹਦੇ ਵਿੱਚ ਵੀ ਬਹੁਤ ਇੱਕ ਵੱਡਾ ਉਹ ਫੈਕਟਰ ਹੁੰਦਾ, ਕਿਉਂਕਿ ਜੇ ਕਿਊਬੈਕ ਦੀ ਗੱਲ ਕਰਨੀ ਹੋਵੇ ਤਾਂ ਇਸ ਬਿੱਲ ਦੇ ਬਿਹਾਈਂਡ ਜਿਹੜਾ ਸਭ ਤੋਂ ਵੱਡਾ ਫੈਕਟਰ ਨਜ਼ਰ ਆਉਂਦਾ ਉਹ ਇਹੀ ਹੈ ਵੀ ਕਿਊਬੈਕ ਵੱਖਰਾ ਹੋਣਾ ਚਾਹੁੰਦਾ ਕੈਨੇਡਾ ਦੇ ਨਾਲੋਂ, ਅਤੇ ਉਹ ਫਿਰ ਮੇਨ ਸਟ੍ਰੀਮ ਦਾ ਜਿਹੜਾ ਵੀ ਰੁਝਾਨ ਹੁੰਦਾ ਉਹਦੇ ਤੋਂ ਉਲਟ ਜਾਣ ਦੀ ਲਾਈਨ ਸਾਹਮਣੇ ਆਉਂਦੀ ਹੈ, ਅਤੇ ਉਹਦੇ ਵਿੱਚ ਸੋ ਜਿਹੜੀਆਂ ਉੱਥੇ ਮਾਈਨੋਰਿਟੀਜ਼ ਨੇ ਕਿਊਬੈਕ ਦੇ ਵਿੱਚ ਸਿੱਖ ਹੋਣ ਮੁਸਲਮਾਨ ਹੋਣ ਸਾਰੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਉਸ ਦਾ ਜਿਹੜਾ ਖਾਮਿਆਜ਼ ਹੈ ਉਹ ਭੁਗਤਣਾ ਪੈਂਦਾ, ਸੋ ਵਾਈ ਨੋਟ ਉਹਨਾਂ ਨਾਲ ਗੱਲਬਾਤ ਕਰਨਾ ਜਾਂ ਉਹ ਸਾਂਝ ਭਾਈਵਾਲੀ ਐਸਟੈਬਲਿਸ਼ ਕਰਨਾ ਜਿਹਦੇ ਨਾਲ ਤੁਹਾਡੀ ਇੱਕ ਅੰਡਰਸਟੈਂਡਿੰਗ ਬਣਦੀ ਹੈ ਅਤੇ ਤੁਸੀਂ ਕਿਤੇ ਨਾ ਕਿਤੇ ਅੰਦਰ ਖਾਤੇ ਹੀ ਇਸ ਨੂੰ ਘਾਟ ਕਰ ਸਕਦੇ ਹੋ। ਦੇਖੋ ਜਿਹੜੀ ਗੱਲ ਮਲਿਕ ਸਾਹਿਬ ਨੇ ਕਹੀ ਹੈ ਅਮਰੀਕਾ ਦੇ ਮਾਮਲੇ 'ਚ ਕਾਫੀ ਠੀਕ ਹੈ ਕਿ ਅਲਟੀਮੇਟਲੀ ਇੱਥੇ 1960 ਤੋਂ ਬਾਅਦ ਇੰਨੀਆਂ ਕੁ ਤਬਦੀਲੀਆਂ ਆਈਆਂ ਨੇ ਔਰ ਪਾਪੂਲੇਸ਼ਨ ਦੀਆਂ ਡੈਮੋਗ੍ਰਾਫਿਕਸ ਕੁਛ ਸਟੇਟਾਂ ਜਿਵੇਂ ਕੈਲੀਫੋਰਨੀਆ ਵੀ ਹੈ ਉਹ ਨੋਨ ਵਾਈਟ ਮੈਜੋਰਿਟੀ ਬਣੀ ਹੈ ਜੀ, ਉਹਦੇ 'ਚ ਸਾਨੂੰ ਸਿਰਫ ਤੇ ਸਿਰਫ ਜਿਹੜੀ ਸਾਡੇ ਲੋਕਾਂ ਦੀ ਦੌੜ ਡਾਕਟਰ ਇੰਜੀਨੀਅਰ ਬਣਾਉਣ ਜਾਂ ਪੈਸੇ ਬਣਾਉਣ ਦੀ ਹੈ, ਉਹਦੇ 'ਚੋਂ ਨਿਕਲ ਕੇ ਅਲਟੀਮੇਟਲੀ ਪੋਲੀਟਿਕਸ ਗੇਮ ਚੇਂਜਰ ਹੁੰਦੀ ਹੈ। ਔਰ ਮੈਂ ਪਰਸੋਂ ਇੱਕ ਡਿਸਕਸ਼ਨ ਦੇ ਵਿੱਚ ਜਿੱਥੇ ਇੱਕ ਸੱਜਣ ਪੰਜਾਬ ਤੋਂ ਅਜੇ ਵੀ ਉਹ MLA ਹੈ ਸਿਟਿੰਗ ਵਕੀਲ ਵੀ ਹੈ ਪ੍ਰੋਮੀਨੈਂਟ ਉਹ ਵਿਜ਼ਿਟ ਕਰ ਰਹੇ ਸੀ ਤਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਹੋਸਟ ਸੀ ਉਹਨਾਂ ਨੇ ਕਿਹਾ ਕਿ ਜੀ ਮੈਂ ਸਿਆਸਤ 'ਚ ਆ ਕੇ ਗਲਤੀ ਕੀਤੀ, ਮੈਨੂੰ ਪੋਲੀਟਿਕਸ 'ਚ ਨਹੀਂ ਸੀ ਆਉਣਾ ਚਾਹੀਦਾ ਔਰ ਹੁਣ ਮੈਂ ਸ਼੍ਰੋਮਣੀ ਕਮੇਟੀ ਤਬਦੀਲ ਕਰਾਂਗਾ ਫਲਾਣਾ ਕਰਾਂਗਾ ਢਿਮਕਾ ਕਰਾਂਗਾ। ਮੈਂ ਉਹਨਾਂ ਨੂੰ ਕਿਹਾ ਜੀ ਫਿਰ ਇਹ ਸੱਜਣ ਨੋ ਮੈਟਰ ਕਿੰਨੇ ਇਮਾਨਦਾਰ ਹੋਣ ਇਹਨਾਂ ਨੂੰ ABC ਵੀ ਨਹੀਂ ਪਤਾ ਕਿਸੇ ਚੀਜ਼ ਦੀ, ਪੋਲੀਟਿਕਸ ਗੇਮ ਚੇਂਜਰ ਹੈ ਔਰ ਜਦੋਂ ਤੱਕ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਔਰ ਸਾਡੇ ਇਮਾਨਦਾਰ ਲੋਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਆਮ ਚੇਅਰ ਫਿਲਾਸਫਰ ਬਣ ਕੇ ਬੈਠੇ ਹੁੰਦੇ ਨੇ ਉਹ ਪੋਲੀਟੀਕਲ ਅਰੀਨਾ 'ਚ ਨਹੀਂ ਆਉਂਦੇ, ਉਦੋਂ ਗਲਤ ਲੋਕ ਜਿਹੜੇ ਨੇ, ਗਲਤ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਕੋਈ ਅਦਰਵਾਈਜ਼ ਬਲੰਡਰ ਕਰਦੇ ਨੇ, ਜਿਹੜੇ ਸਾਨੂੰ ਲੱਗਦਾ ਵੀ ਸਾਡੀਆਂ ਵੈਲਿਊਜ਼ ਨੂੰ ਦਰੜਦੇ ਨੇ ਪੈਰਾਂ ਦੇ ਥੱਲੇ, ਜੇ ਅਸੀਂ ਕੋਈ ਚੇਂਜ ਕਰਨੀ ਹੈ, ਕੋਈ ਕਾਨੂੰਨ ਬਣਨਾ ਹੈ, ਕੋਈ ਓਪੀਨੀਅਨ ਤਬਦੀਲੀ ਹੋਣੀ ਹੈ ਤਾਂ ਉਹ ਪੋਲੀਟੀਕਲ ਐਕਟੀਵਿਜ਼ਮ ਨਾਲ ਹੋਣੀ ਹੈ। ਕੈਨੇਡਾ ਦੇ ਕੰਟੈਕਸਟ 'ਚ ਥੋੜ੍ਹੀ ਜਿਹੀ ਕਹਾਣੀ ਡਿਫਰੈਂਟ ਹੈ, ਕੈਨੇਡਾ ਦਾ ਆਪਣਾ ਇੱਕ ਡਿਫਰੈਂਟ ਇਤਿਹਾਸ ਹੈ ਐਜ਼ ਏ ਕੰਟਰੀ, ਕੈਨੇਡਾ ਵੀ ਕੋਈ ਇਹ ਨਹੀਂ ਹੈ ਕਿ ਕੋਈ ਓਲਡ ਸਿਵਿਲਾਈਜੇਸ਼ਨ ਹੈ, ਇੱਕ ਸਟੇਜ 'ਤੇ ਕੈਨੇਡਾ ਫਰੈਂਚ ਕਾਲੋਨੀ ਸੀ ਵੱਡਾ ਹਿੱਸਾ ਜੀ, ਫਿਰ ਬ੍ਰਿਟਿਸ਼ਰਜ਼ ਨੇ ਜਿਵੇਂ ਇਨਰੋਡਸ ਬਣਾਈਆਂ ਔਰ ਕਿਵੇਂ ਉਹਨਾਂ ਨੇ ਉਹ ਸਾਰੇ ਏਰੀਏ ਦੱਬੇ, ਇਹੀ ਕਾਰਨ ਸੀ ਕਿ ਫਰੈਂਚ ਲੋਕਾਂ ਦੇ ਵਿੱਚ ਜਿਹੜੇ ਵੱਸ ਗਏ ਸੀ ਆ ਕੇ ਉਸ ਖਿੱਤੇ 'ਚ, ਈਵਨ ਅਮਰੀਕਾ 'ਚ ਵੀ ਉਹ ਉਹਨਾਂ ਦੇ ਮਨਾਂ 'ਚ ਰਿਜੈਂਟਮੈਂਟ ਸੀ ਬ੍ਰਿਟਿਸ਼ ਲੋਕਾਂ ਲਈ, ਕਲੋਨੀਅਲਸ ਲਈ। ਇਹੀ ਕਾਰਨ ਸੀ ਕਿ ਜਦੋਂ ਅਮਰੀਕਾ ਨੇ 4 ਜੁਲਾਈ 1776 ਨੂੰ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ 13 ਕੋਲੋਨੀਜ਼ ਵਾਲਿਆਂ ਨੇ ਕੀਤਾ, ਫਰੈਂਚ ਜਿਹੜਾ ਇੱਕ ਫੌਜੀ ਸੀ ਲਫਾਇਤ ਜਿਹਦੇ ਨਾਂ 'ਤੇ ਵਾਈਟ ਹਾਊਸ ਦੇ ਸਾਹਮਣੇ ਪਾਰਕ ਦਾ ਨਾਂ ਵੀ ਲਫਾਇਤ, ਉਹ ਵੀ ਆ ਕੇ ਲੜਿਆ, ਸਟੈਚੂ ਜਿਹੜਾ ਬੀਬੀ ਹੈ ਲਿਬਰਟੀ ਦੀ ਦੇਵੀ ਇਹ ਵੀ ਫਰੈਂਚ ਨੇ ਭੇਜਿਆ। ਸੋ ਉਹ ਜਿਹੜਾ ਜਦੋਂ ਅਸੀਂ ਸਾਈਕੋ ਹਿਸਟਰੀ ਕਹਿੰਦੇ ਹਾਂ ਉਹ ਫਰਾਂਸ ਦੇ ਲੋਕਾਂ ਦੀ ਜਿੱਥੇ ਵੀ ਨੇ, ਕਿਉਂਕਿ ਬ੍ਰਿਟਿਸ਼ ਔਰ ਫਰੈਂਚ ਜੇ ਤੁਸੀਂ ਦੇਖੋ ਤਾਂ ਇੱਕ ਦੂਜੇ ਪ੍ਰਤੀ ਬੜੇ ਸਲੈਂਗ ਇਹਨਾਂ ਦੀਆਂ ਜ਼ਬਾਨਾਂ 'ਚ ਨੇ ਇੱਕ ਦੋ, ਔਰ ਫਰੈਂਚ ਹਮੇਸ਼ਾ ਆਪਣੇ ਆਪ ਔਰ ਇਹ ਹਿਊਮਨ ਹਿਸਟਰੀ 'ਚ ਵੀ ਇਹਨਾਂ ਦਾ ਇੱਕ ਕੰਪੀਟੀਸ਼ਨ ਹੈ ਕਿ ਜੀ ਅਸੀਂ ਚੇਂਜਰ ਹੈ ਸਿਵਿਲਾਈਜੇਸ਼ਨ ਦੇ, ਆਰਕੀਟੈਕਟ ਸਾਡਾ ਪੁਰਾਣਾ ਹੈ ਜਾਂ ਲੈਂਗੁਏਜ ਸਾਡੀ ਰਿਚ ਹੈ, ਜਾਂ ਜਦੋਂ ਇਹਨਾਂ ਦੀਆਂ ਕੋਲੋਨੀਜ਼ ਵੀ ਜੇ ਅਸੀਂ ਸਾਊਥ ਏਸ਼ੀਅਨ ਕੰਟੈਕਸਟ 'ਚ ਦੇਖੀਏ ਕਿ ਲਾਰਡ ਕਲਾਈਵ ਅਤੇ ਡੁਪਲੇ ਕਿਵੇਂ ਫਰੈਂਚ ਵਰਸਿਸ ਬ੍ਰਿਟਿਸ਼ਰਸ ਇਹ ਕਲੋਨੀਅਲ ਪਾਵਰਸ ਨੇ। ਦੂਸਰੀ ਜਿਹੜੀ ਡਾਇਕੋਟਮੀ ਫਰੈਂਚ ਦੀ ਹੈ, ਇੱਕ ਪਾਸੇ ਤਾਂ ਫਰੈਂਚ ਰੈਵੋਲਿਊਸ਼ਨ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਅੱਡ ਕਰ ਲਿਆ ਕਿ ਚਰਚ ਐਂਡ ਸਟੇਟ ਸੈਪਰੇਟ ਹੈ, ਔਰ ਇੱਕ ਕਾਨਸੈਪਟ ਜਿਹੜੇ ਉਹਨਾਂ ਦੇ ਕਾਨਸਟੀਟਿਊਸ਼ਨ ਦਾ ਕਾਨਸੈਪਟ ਹੈ ਜਿਹਨੂੰ ਲੈਸੈਟੇ ਕਹਿੰਦੇ ਨੇ ਕਿ ਚਰਚ ਦਾ ਸਟੇਟ ਨਾਲ ਕੋਈ ਲਾਗਾ ਦੇਗਾ ਨਹੀਂ। ਪਰ ਫਰਾਂਸ ਦੀਆਂ ਆਪਣੀਆਂ ਜੜ੍ਹਾਂ ਕਿਉਂਕਿ ਕੈਥੋਲਿਸਿਜ਼ਮ 'ਚ ਰਹੀਆਂ, ਕ੍ਰਿਸਚੈਨਿਟੀ 'ਚ ਰਹੀਆਂ, ਨੋ ਮੈਟਰ ਇਹ ਕਿੰਨਾ ਸੈਕੂਲਰ ਹੋਣ ਜਿਹੜੇ ਹੈਗੇ ਵੀ ਨੇ ਬਾਈ ਐਂਡ ਲਾਰਜ, ਉਹਨਾਂ 'ਚ ਕਿਤੇ ਨਾ ਕਿਤੇ ਉਹ ਸ਼ੋਅ ਹੁੰਦਾ। ਔਰ ਅਸੀਂ ਦੇਖਦੇ ਹਾਂ ਕਿ 9/11 ਤੋਂ ਬਾਅਦ ਜਦੋਂ ਇਰਾਕ ਦੇ ਉੱਤੇ ਅਮਰੀਕਾ ਨੇ ਜਿਹੜੀ ਹੈ ਉਹ ਜੰਗ ਥੋਪੀ ਵੈਪਨਸ ਆਫ ਮਾਸ ਡਿਸਟਰਕਸ਼ਨ ਕਹਿ ਕੇ ਜੀ, ਫਰਾਂਸ ਨੇ ਉਹਦਾ ਸਾਥ ਨਹੀਂ ਸੀ ਦਿੱਤਾ, ਪ੍ਰੈਜੀਡੈਂਟ ਸ਼ਰਾਕ ਨੇ ਕਿਹਾ ਵੀ ਨਹੀਂ, ਲੇਕਿਨ ਉਹਨਾਂ ਨੂੰ ਇਹ ਲੱਗਿਆ ਕਿ ਵੀ ਜਿਹੜੀ ਹੇਟਡ ਹੁਣ ਇਸਲਾਮ ਦੇ ਖਿਲਾਫ ਚੱਲ ਰਹੀ ਹੈ ਜਿਹਨੂੰ ਅਮਰੀਕਾ ਲੀਡ ਕਰ ਰਿਹਾ ਔਰ
ਦੂਸਰੀਆਂ ਯੂਰਪੀਅਨ ਪਾਵਰਸ ਬ੍ਰਿਟਿਸ਼ ਜਿਹੜੇ ਨੇ ਉਹਨਾਂ ਦੇ ਬੱਚੇ ਜਮੂਰੇ ਬਣੇ ਹੋਏ ਨੇ ਵੀ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਅਸੀਂ ਦੇਖਦੇ ਹਾਂ ਕਿ 2002 ਦੇ ਵਿੱਚ ਹੀ ਫਰਾਂਸ ਕਾਨੂੰਨ ਪਾਸ ਹੁੰਦਾ ਹੈ ਓਸਟੈਂਸੀਬਲ ਸਾਈਨਸ ਆਫ ਰੈਲੀਜਨ ਬੈਂਡ ਇਨ ਸਕੂਲਸ, ਕਿਉਂਕਿ ਸਭ ਤੋਂ ਜ਼ਿਆਦਾ ਯੂਰਪ ਚ ਮੁਸਲਮਾਨ ਫਰਾਂਸ ਚ ਨੇ, 6 ਮਿਲੀਅਨ ਮੁਸਲਮਾਨ ਜਿਨ੍ਹਾਂ ਚ ਮੋਰਾਕੋ ਓਰੀਜਨ ਦੇ ਜਿੱਥੇ ਫਰੈਂਚ ਕਾਲੋਨੀਜ਼ ਰਹੀਆਂ ਜੀ। ਇਹਨੂੰ ਹੀ ਜੇ ਮੈਂ ਦੇਖ ਔਰ ਉਹ ਅਸੀਂ ਦੇਖ ਰਹੇ ਹਾਂ ਵੀ ਲਗਾਤਾਰਤਾ ਨਾਲ ਫਿਰ ਫਰਾਂਸ ਅਨਫੋਰਚੁਨੇਟਲੀ ਜਿਹੜੇ ਕੋਈ ਇੰਡੀਵਿਜੁਅਲ ਟੈਰਰਿਸਟ ਅਟੈਕ ਹੁੰਦੇ ਨੇ ਉਹ ਵੀ ਫਰਾਂਸ ਕਾਫੀ ਹੋਏ, ਉੱਥੇ ਉਹ ਜਿਹੜਾ ਐਂਟਾਈ ਇਸਲਾਮਿਕ ਔਰ ਜ਼ੀਨੋਫੋਬਿਕ ਜਿਹਦਾ ਨਤੀਜਾ ਸੀ ਕਿ ਬੜੀ ਮੁਸ਼ਕਲ ਨਾਲ ਜਿਹੜਾ ਹੁਣ ਪ੍ਰੈਜੀਡੈਂਟ ਰੈਲੇਟਿਵਲੀ ਲਿਬਰਲ ਹੈ ਜਿੱਤਿਆ, ਪਰ ਉੱਥੇ ਬਹੁਤ ਪਾਵਰਫੁਲ ਲੋਬੀ ਬਣ ਚੁੱਕੀ ਹੈ ਰਾਈਟ ਵਿੰਗਰਸ ਦੀ। ਕਿਊਬੈਕ ਦੀ ਹਿਸਟਰੀ ਹੋਰ ਵੀ ਡਿਫਰੈਂਟ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਅੱਜ ਇਸਲਾਮਿਕ ਦਹਿਸ਼ਤਗਰਦੀ ਜਾਂ ਕਿਸੇ ਹੋਰ ਨਾਲ ਜੋੜਦੇ ਨੇ। 1960 ਦੇ ਵਿੱਚ ਕਿਊਬੈਕ ਦੇ ਵਿੱਚ ਬਹੁਤ ਜ਼ਬਰਦਸਤ ਟੈਰਰਿਜ਼ਮ ਸੀ, ਹਮਲੇ ਵੀ ਹੁੰਦੇ ਸੀ ਦੂਜਿਆਂ ਦੇ ਉੱਤੇ, ਉਹਦੇ ਚੋਂ ਹੀ ਜਿਹੜੇ 2 ਰੈਫਰੈਂਡਮ ਕੈਨੇਡਾ ਚ ਕਿਊਬੈਕ ਚ ਹੋਏ 1980 ਔਰ 1995 ਚ, ਉਹ ਉਸ ਦੌਰ ਦਾ ਹੀ ਹੈ। ਸੋ ਉਹਨਾਂ ਚ ਬਿਲਟ ਇਨ ਐਂਟਾਈ ਬ੍ਰਿਟਿਸ਼ ਲਾਈਨ ਹੈ। ਕਿਊਬੈਕਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣੀ ਅੱਡ ਹੋਣ ਦੀ ਗੱਲ ਜਾਂ ਜਿਵੇਂ ਉਹ ਇੱਕ ਸ਼ਰਾਰਤੀ ਬੱਚਾ ਵੱਡੀ ਸ਼ਰਾਰਤ ਕਰਦਾ ਤੇ ਉਹ ਅਟੈਂਸ਼ਨ ਵੀ ਖਿੱਚਦਾ ਔਰ ਉਹ ਕਨਸੈਸ਼ਨ ਵੀ ਲੈਂਦਾ। ਹਰ ਵਾਰ ਕੈਨੇਡਾ ਚ ਤੁਸੀਂ ਦੇਖੋ ਫਰੈਂਚ ਜ਼ਬਾਨ ਜਹਾਜ਼ਾਂ 'ਚ ਸਫ਼ਰ ਕਰੋ ਨਾਲ ਦੀ ਨਾਲ ਬੋਲੀ ਜਾਂਦੀ ਹੈ, ਕਿਊਬੈਕ 'ਚ ਉਹਨਾਂ ਦੀ ਡੋਮੀਨੈਂਸ ਹੈ। ਇਮੀਗ੍ਰੇਸ਼ਨ ਉੱਥੇ ਕੋਈ ਫੈਡਰਲ ਸਬਜੈਕਟ ਨਹੀਂ ਹੈ, ਕਿਊਬੈਕਸ ਵਾਲਿਆਂ ਦੇ ਆਪਣੇ ਨੇ ਜਿਹਦੇ 'ਚ ਕਿ ਜਿਹੜਾ ਫਰੈਂਚ ਸਿੱਖ ਲੈਂਦਾ ਉਹਨੂੰ ਉਹ ਜਲਦੀ ਦੇ ਦਿੰਦੇ ਨੇ। ਹੁਣ ਇਸ ਸਾਰੇ ਦੌਰ 'ਚ ਮੈਂ ਸਮਝਦਾ ਕਿ ਇਸ ਵੇਲੇ ਜਿਹੜੀ ਵੇਵ ਦੁਨੀਆਂ ਭਰ ਦੇ ਵਿੱਚ ਜਿਹੜੀ ਐਕਸਟ੍ਰੀਮ ਪੈਟਰੀਓਟਿਜ਼ਮ ਦੇ ਨਾਂ ਥੱਲੇ ਜਾਂ ਰਾਈਟ ਵਿੰਗ ਦੇ ਨਾਂ ਥੱਲੇ ਜਿਹਨੂੰ ਵਾਈਟ ਸੁਪਰਮਿਸਮ ਵੀ ਕਿਹਾ ਜਾ ਸਕਦਾ ਚੱਲ ਰਹੀ ਹੈ, ਇਹ ਕਿਊਬੈਕ ਵੀ ਉਹਦਾ ਹੀ ਮੈਸੇਜ ਦੇ ਰਿਹਾ। ਇਹ ਬਿੱਲ 21 ਜਿਹੜਾ ਇਹ ਸਿੱਧਾ ਸਿੱਧਾ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਵੀ ਛਾਪਾ ਮਾਰਦਾ ਔਰ ਫਿਊਚਰ ਦਾ ਇੱਕ ਕੋਰਸ ਵੀ ਸੈੱਟ ਕਰਦਾ। ਔਰ ਮੈਂ ਸਮਝਦਾ ਔਰ ਜਿੰਨਾ ਪਾਪੂਲਰ ਹੈ ਕਿਊਬੈਕ 'ਚ ਬਿੱਲ, ਆਲਮੋਸਟ 85% ਲੋਕ ਸਪੋਰਟ ਕਰਦੇ ਨੇ ਕਿਉਂਕਿ ਫਰੈਂਚ ਮੈਜੋਰਿਟੀ ਵੀ ਹੈ। ਇਹਦਾ ਇੱਕ ਤਾਂ ਇਹਦੀ ਟਾਈਮਿੰਗ ਜਿਹੜੀ ਹੈ ਉਹ ਅਕਤੂਬਰ 'ਚ ਚੋਣਾਂ ਹੋਣ ਵਾਲੀਆਂ ਨੇ ਕਿਊਬੈਕ ਦੇ ਵਿੱਚ, ਉਹ ਲਿਬਰਲ ਪਾਰਟੀ ਦੇ ਕੋਲੋਂ ਜਾਂ NDP ਜਿਹਨੂੰ ਜਗਮੀਤ ਸਿੰਘ ਰਿਪ੍ਰੈਜੈਂਟ ਕਰਦੇ ਨੇ ਉਹਨਾਂ ਤੋਂ ਗਰਾਊਂਡ ਖੋਹਣੀ ਚਾਹੁੰਦੇ ਨੇ। ਦੂਸਰਾ ਕਿਉਂਕਿ ਜਦੋਂ 1982 ਦੇ ਵਿੱਚ ਚਾਰਟਰ ਆਫ ਰਾਈਟਸ ਕੈਨੇਡਾ ਨੇ ਮੰਨਿਆ, ਸਾਰੇ ਸੂਬੇ ਨਹੀਂ ਸੀ ਮੰਨ ਰਹੇ, ਉਹਦੇ 'ਚ ਇੱਕ ਵਰਡ ਨੋਟ ਵਿਦਸਟੈਂਡਿੰਗ ਉਹਨਾਂ ਨੇ ਸ਼ਾਮਿਲ ਕਰ ਲਿਆ, ਉਹਨਾਂ ਨੂੰ ਲੱਗਾ ਵੀ ਇਹਨੂੰ ਤੁਸੀਂ ਇਹ ਯੂਜ਼ ਨਹੀਂ ਹੋਏਗਾ। ਲੇਕਿਨ ਕਿਊਬੈਕ ਵਾਲਿਆਂ ਨੇ ਨਾਲ ਦੀ ਨਾਲ ਇਹੀ ਨਹੀਂ ਵੀ ਉਹਨਾਂ ਨੇ ਇਹ ਬਿੱਲ ਪਾਸ ਕੀਤਾ, ਕਿਉਂਕਿ ਨਾਲ ਦੀ ਨਾਲ ਮੇਅਰਸ ਨੇ ਔਰ ਕਈ ਸਕੂਲ ਡਿਸਟ੍ਰਿਕਟਸ ਨੇ ਕਿਹਾ ਵੀ ਅਸੀਂ ਨਹੀਂ ਮੰਨਾਂਗੇ ਇਹਨੂੰ, ਤਾਂ ਉਹਨਾਂ ਨੇ ਨਾਲ ਮੋਰਲ ਪੁਲਿਸ ਵੀ ਬਿਠਾ ਦਿੱਤੀ। ਉਹਨਾਂ ਕਿਹਾ ਜੀ ਇੰਸਪੈਕਟਰ ਵੀ ਹੋਣਗੇ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕਿਹੜੇ ਵਾਇਲੇਟ ਕਰ ਰਹੇ ਨੇ। ਔਰ ਹੁਣ ਕਿਉਂਕਿ ਸਿਵਲ ਲਿਬਰਟੀ ਆਰਗੇਨਾਈਜੇਸ਼ਨ, ਮੁਸਲਿਮ ਕੌਂਸਲ, ਵਰਲਡ ਸਿੱਖ ਆਰਗੇਨਾਈਜੇਸ਼ਨ ਸਾਰੇ ਟੁਗੈਦਰ ਕਿਊਬੈਕ ਸੁਪੀਰੀਅਰ ਕੋਰਟ 'ਚ ਚੈਲੰਜ ਕਰ ਰਹੇ ਨੇ ਇਹਨੂੰ, ਇਹ ਵੀ ਉਹਨਾਂ ਨੇ ਨਾਲ ਦੀ ਨਾਲ ਕਹਿ ਦਿੱਤਾ ਕਿ ਜੀ ਅਸੀਂ ਉਹ ਜਿਹੜਾ ਚਾਰਟਰ ਆਫ ਰਾਈਟਸ ਪਾਸ ਹੋਣ ਵੇਲੇ ਨੋਟ ਵਿਦ ਸਟੈਂਡਿੰਗ ਵਾਲਾ ਕਲੋਜ਼ ਹੈ ਉਹਨੂੰ ਅਸੀਂ ਕੱਢਾਂਗੇ ਤਾਂ ਕਿ ਉਹਦੇ ਥੱਲੇ ਉਹ ਚੈਲੰਜ ਨਹੀਂ ਹੋ ਸਕਦਾ। ਸੋ ਮੈਂ ਸਮਝਦਾ ਵੀ ਬੈਟਲ ਲੰਬੀ ਹੋਏਗੀ, ਇਮੀਡੀਏਟ ਇਹਦੇ 'ਚ ਕੁਛ ਨਹੀਂ ਨਿਕਲੇਗਾ ਕਿਉਂਕਿ ਇਸ ਵੇਲੇ ਇਲੈਕਸ਼ਨ ਮੋਡ 'ਚ ਈਵਨ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਲਿਬਰਲ ਜਾਂ ਕੰਜ਼ਰਵੇਟਿਵ ਤਾਂ ਪਹਿਲਾਂ ਹੀ ਉਸ ਪਾਸੇ ਨੇ ਜਾਂ NDP, ਉਸ ਕਦਰ ਈਵਨ ਆਪੋਜੀਸ਼ਨ ਉਹਨਾਂ ਵੱਲੋਂ ਵੀ ਨਹੀਂ ਆਈ, ਹਾਲਾਂਕਿ ਆਮ ਲੋਕਾਂ ਦੇ ਵਿੱਚ ਇੱਕ ਘਬਰਾਹਟ ਔਰ ਸਿੱਖ ਦੇ ਡਾਇਰੈਕਟਲੀ ਵਿਕਟਮ ਹੋਣਗੇ। ਮੈਂ ਡਾਇਰੈਕਟਲੀ ਇਸ ਲਈ ਕਹਿੰਦਾ ਕਿ ਯਾਮੁਕਾ ਜਾਂ ਕ੍ਰੋਸ ਜਾਂ ਹਿਜਾਬ ਇਹਨਾਂ ਤਿੰਨਾਂ ਧਰਮਾਂ ਦੇ ਕੋਈ ਬੇਸਿਕ ਫੰਡਾਮੈਂਟਲ ਨਹੀਂ ਨੇ ਜੀ, ਉਹ ਤਹਿਜ਼ੀਬ ਦਾ ਹਿੱਸਾ ਨੇ, ਲੇਕਿਨ ਕੋਈ ਕ੍ਰੋਸ ਹਰ ਇੱਕ ਕੈਥੋਲਿਕ ਦੇ ਨਹੀਂ ਪਾਇਆ ਹੁੰਦਾ ਜਾਂ ਯਾਮੁਕਾ ਹੋਣਾ ਜਾਂ ਈਵਨ ਹਿਜਾਬ ਜਿਹੜਾ ਉਹ ਜਿਵੇਂ ਇਸਲਾਮ ਦੇ ਪਿੱਲਰ ਨੇ ਪੰਜ ਉਹਨਾਂ ਦਾ ਹਿੱਸਾ ਨਹੀਂ। ਸਿੱਖ ਦੇ ਲਈ ਤਾਂ ਜੇ ਸਿਰ ਦੇ ਉੱਤੇ ਕੇਸ ਨੇ ਪੱਗ ਤੋਂ ਬਿਨਾਂ ਤਾਂ ਸਿੱਖ ਰਹਿੰਦਾ ਹੀ ਨਹੀਂ ਹੈ। ਸੋ ਔਰ ਅਸੀਂ ਸਿੱਧੇ ਤੌਰ 'ਤੇ ਇਹਦਾ ਪ੍ਰਭਾਵ ਕਬੂਲਾਂਗੇ, ਪਰ ਜਿਵੇਂ ਕੈਲਗਰੀ ਹੋਏ, ਅਲਬਰਟਾ 'ਚ ਦੂਸਰੀਆਂ ਥਾਵਾਂ ਹੋਣ, ਸਿੱਖ ਮੁਸਲਮਾਨ ਯਹੂਦੀ ਔਰ ਜਿਹੜੇ ਨੇ ਕ੍ਰਿਸਚਨ ਸਾਰੇ ਇਕੱਠੇ ਹੋਏ ਨੇ, ਉਹਨਾਂ ਨੇ ਇੱਕ ਪੂਰੀ ਲੌਬੀ ਵੀ ਕੀਤੀ ਹੈ ਕਿਉਂਕਿ ਜੂਇਸ਼ ਲੌਬੀ ਮੀਡੀਆ ਵੀ ਕੈਨੇਡਾ 'ਚ ਉਹਨਾਂ ਦੇ ਕੋਲ ਹੈ ਔਰ ਯਾਮੁਕਾ ਵੀ ਵਿਚਾਰਨਾ ਅਲਟੀਮੇਟਲੀ ਇੱਕ ਪੋਜ਼ਿਟਿਵ ਪਾਰਟ ਹੈ ਕਿ ਚਾਰੋ ਕੌਮਾਂ ਪਲੱਸ ਜਿਹੜੇ ਲੋਕ ਜੈਨੂਇਨਲੀ ਬਿਲੀਵ ਕਰਦੇ ਨੇ ਕਿ ਇਹ ਧਰਮ ਦੇ ਮਾਮਲੇ 'ਚ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ। ਔਰ ਮੈਂ ਜਿਵੇਂ ਮੈਨਸ਼ਨ ਪਹਿਲਾਂ ਵੀ ਕੀਤਾ ਸੀ ਕਿ ਅਸੀਂ ਜਦੋਂ ਜਿਹੜਾ ਇਹਨਾਂ ਦਾ ਫਰਾਂਸ 2002 ਵਾਲਾ ਲਾਅ ਸੀ ਓਸਟੈਂਸੀਬਲ ਸਾਇੰਸ ਆਫ ਰੈਲੀਜਨ, ਉਹਦੇ ਲਈ ਮੈਂ ਇੱਕ ਡੈਲੀਗੇਸ਼ਨ 11 ਆਰਗੇਨਾਈਜੇਸ਼ਨਸ ਦਾ ਲੀਡ ਕੀਤਾ ਫਰਾਂਸ ਦੇ ਅੰਬੈਸਡਰ ਨੂੰ ਵਾਸ਼ਿੰਗਟਨ DC 'ਚ ਮਿਲੇ ਲਗਭਗ
ਡੇਢ ਘੰਟੇ ਦੀ ਮੀਟਿੰਗ ਸੀ ਤੇ ਉਹ ਵਾਰ ਵਾਰ ਕਹੀ ਜਾਏ ਜੀ ਅਸੀਂ ਸਾਡਾ ਮਕਸਦ ਕੋਈ ਸਿੱਖਾਂ ਨੂੰ ਜਾਂ ਦੂਜਾ ਰੈਟਲ ਕਰਨਾ ਨਹੀਂ, ਸਾਡਾ ਲੈਸ ਐਤੇ ਹੈ ਜਾਂ, ਮੈਂ ਕਿਹਾ ਨਹੀਂ ਤੁਸੀਂ ਦੂਸਰਿਆਂ ਨੂੰ ਫੰਡਾਮੈਂਟਲਿਸਟ ਕਹਿੰਦੇ ਹੋ ਕਿ ਭਾਈ ਉਹ ਆਪਣਾ ਵੈਲਿਊ ਸਿਸਟਮ ਦੂਸਰਿਆਂ ਤੇ ਥੋਪਣਾ ਚਾਹੁੰਦੇ ਨੇ, ਤੁਸੀਂ ਫਰਾਂਸ ਨੇ ਯੂ ਹੈਵ ਕੋਇਨਡ ਏ ਨਿਊ ਰੈਲੀਜਨ ਇਨ ਦਾ ਨੇਮ ਆਫ ਸੈਕੂਲਰਿਜ਼ਮ ਵਿਚ ਇਜ਼ ਫੋਰਸਿੰਗ ਅਦਰਸ ਵਟ ਦੇ ਸ਼ੁਡ ਡੂ ਔਰ ਵਟ ਦੇ ਸ਼ੁਡ ਡੂ, ਵੀ ਤੁਹਾਡੇ ਤਾਂ ਫੰਡਾਮੈਂਟਲਿਸਟ ਜਿਹਨਾਂ ਨੂੰ ਤੁਸੀਂ ਕਹਿੰਦੇ ਉਹਨਾਂ 'ਚ ਕੀ ਫਰਕ ਹੈ। ਸੋ ਮੈਂ ਸਮਝਦਾ ਵੀ ਇਸ ਮਾਮਲੇ ਜਿਹੜਾ ਯੂ ਐਨ ਚਾਰਟਰ ਹੈ ਜਿਹੜਾ ਮੁੱਢਲੀਆਂ ਆਜ਼ਾਦੀਆਂ ਦਿੰਦਾ ਉਹ ਇੱਕ ਆਈਡੀਅਲ ਡਾਕੂਮੈਂਟ ਹੈ, ਕੈਨੇਡਾ ਚਾਰਟਰ ਆਫ ਰਾਈਟਸ ਇੱਕ ਆਈਡੀਅਲ ਡਾਕੂਮੈਂਟ ਹੈ। ਹਾਂ ਜੇ ਤੁਹਾਡੇ ਮਜ਼ਹਬ ਦੇ ਸਾਈਨ ਜਾਂ ਤੁਹਾਡਾ ਅਕੀਦਾ ਤੁਹਾਡੀ ਡਿਊਟੀ ਨੂੰ ਜਿਹੜਾ ਉਹ ਤੁਹਾਡੇ ਫਰਾਇਜ਼ ਅੰਜਾਮ ਦੇਣ ਦੇ ਵਿੱਚ ਕੋਈ ਰੁਕਾਵਟ ਖੜੀ ਕਰ ਰਹੇ ਦੈਨ ਸਰਟਨਲੀ ਇਹ ਨੋ ਨੋ ਹੈ। ਲੇਕਿਨ ਜੇ ਕੋਈ ਆਪਣੇ ਅਕੀਦੇ ਚ ਰਹਿੰਦੇ ਆ ਆਪਣੇ ਫਰਜ਼ ਪੂਰੇ ਕਰ ਰਿਹਾ ਜਿਹੜੇ ਕਿ ਬੜੇ ਚੰਗੇ ਢੰਗ ਨਾਲ ਹੋ ਰਹੇ ਨੇ ਤਾਂ ਫਿਰ ਇਹ ਨਜ਼ਰ ਆਉਂਦਾ ਵੀ ਇਸ ਦੇ ਪਿੱਛੇ ਇਹ ਵਾਈਟ ਸੁਪਰਾਮਿਜ਼ਮ ਵੀ ਹੈ, ਰੇਸਿਜ਼ਮ ਵੀ ਹੈ। ਫਰੈਂਚ ਆਪਣੀ ਲੜਾਈ ਜਿਹੜੀ ਬ੍ਰਿਟਿਸ਼ ਨਾਲ ਸਾਈਕੋ ਹਿਸਟਰੀ ਦੇ ਥੱਲੇ ਲੜਨਾ ਚਾਹੁੰਦੇ ਨੇ ਉਹ ਇਹਨਾਂ ਮਾਈਨੋਰਟੀਜ਼ ਨੂੰ ਢਾਲ ਬਣਾ ਕੇ ਉਹਨਾਂ ਦੇ ਧਾਰਮਿਕ ਹੱਕਾਂ ਦੇ ਉੱਤੇ ਛਾਪਾ ਮਾਰ ਕੇ ਲੜ ਰਹੇ ਨੇ ਔਰ ਇਹਦੇ ਲਈ ਸਾਰਿਆਂ ਨੂੰ ਉੱਥੇ ਇਕੱਠੇ ਹੋ ਕੇ ਜਿਹੜਾ ਉਹ ਫਾਈਟ ਦੇਣੀ ਹੋਏਗੀ ਜਿਹੜੀ ਕਿ ਆਲਰੇਡੀ ਅਮਲ ਜਿਹਦਾ ਸ਼ੁਰੂ ਹੋ ਚੁੱਕਿਆ। ਜੀ ਬਿਲਕੁਲ ਅਮਲਕ ਸਾਹਿਬ, ਮੈਂ ਜਾਂਦੇ ਜਾਂਦੇ ਜਿਵੇਂ ਅਸੀਂ ਰਾਈਟ ਵਿੰਗਰ ਆਈਡੀਓਲੋਜੀ ਦੀ ਗੱਲ ਕਰ ਰਹੇ ਹਾਂ, ਸੋ ਇੱਧਰ ਹੁਣ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਇੱਥੇ ਟਰੰਪ ਸਾਹਿਬ ਵੀ ਲੱਗੇ ਹੋਏ ਆ ਜੀ, ਅਸੀਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਬਾਹਰ ਕੱਢ ਦਿਆਂਗੇ, ਸਾਰੀ ਜਿਹੜੀ ਉਹੀ ਜਿਹੜਾ ਇੱਕ ਕੈਂਪੇਨ ਜਿਹਦੇ ਬੇਸ 'ਤੇ ਇਹਨਾਂ ਨੇ ਲੀਡ ਕੀਤੀ ਸੀ, ਹੁਣ 2020 ਦੇ ਵਿੱਚ ਦੁਬਾਰਾ ਪ੍ਰੈਜ਼ੀਡੈਂਟ ਬਣਨ ਦੇ ਲਈ ਕੈਂਪੇਨ ਵੀ ਉਹਨਾਂ ਨੇ ਆਫੀਸ਼ੀਅਲੀ ਲਾਂਚ ਕੀਤੀ ਹੈ। ਕੀ ਸਮਝਦੇ ਹੋ ਕਿ ਉਹੀ ਆਈਡੀਓਲੋਜੀ ਹੁਣ ਅਮਰੀਕਾ ਦੇ ਵਿੱਚ ਵੀ ਭਾਰੂ ਹੋ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਉਹਦੇ ਪ੍ਰਭਾਵ ਨਜ਼ਰ ਆਉਣਗੇ? ਅਖੀਰਲੇ 2 ਮਿੰਟ। ਦੇਖੋ 2016 ਦਾ ਇਲੈਕਸ਼ਨ ਟਰੰਪ ਜਿਹੜਾ ਹੈ ਉਹ ਜਿਹੜੇ ਮਿਡਵੈਸਟ ਦੀ ਵਾਈਟ ਸੁਪਰਮੇਸੀ ਨੈਟਿਵ ਸਟੇਟਸ ਆ ਉੱਥੇ ਉਹ ਵਾਈਟ ਸੁਪਰਮੇਸੀ ਜਿਹੜੀ ਆ ਉਹ ਘਟਦੀ ਪਈ ਹੈ, ਇਸ ਨਾਅਰੇ 'ਤੇ ਉਹ ਜਿੱਤਿਆ ਸੀ। ਹੁਣ ਚੂੰਕਿ ਦੁਬਾਰਾ ਇਲੈਕਸ਼ਨ ਆ ਰਹੇ ਆ ਅਤੇ ਉਹ ਜਿਹੜੀ ਸਟੇਟਾਂ ਜਿਹਦੇ ਅੰਦਰ ਸਵੇਰੇ 5 ਵਜੇ ਇੱਕ ਗੋਰਾ ਉੱਠਦਾ ਹੈ ਅਤੇ ਸ਼ਾਮ ਨੂੰ 6 ਵਜੇ ਸੌਂ ਜਾਂਦਾ ਹੈ, ਉਹਦੇ ਦੁਬਾਰਾ ਇਹ ਜ਼ਹਿਰ ਉੱਥੇ ਘੋਲਿਆ ਜਾ ਰਿਹਾ ਹੈ ਤਾਂ ਕਿ 2020 ਦੀ ਜਿਹੜੇ ਇਲੈਕਸ਼ਨ ਆ ਟਰੰਪ ਜਿਸ ਤਰ੍ਹਾਂ ਇਹ ਕੰਮ ਕਰ ਰਹੇ, ਮਸ਼ੀਨਰੀ ਆਲਰੇਡੀ ਕੰਮ ਕਰ ਰਹੀ ਆ, ਉਹਦੇ ਅੰਦਰ ਇਮੀਗ੍ਰੈਂਟਸ ਨੂੰ ਟਾਰਗੇਟ ਬਣਾਇਆ ਗਿਆ ਹੈ। ਲੇਕਿਨ ਇਹ ਕਿ ਜਿਸ ਤਰ੍ਹਾਂ ਟਰੰਪ ਨੇ ਗੱਲ ਕੀਤੀ ਹੈ ਕਿ ਇਮੀਗ੍ਰੈਂਟਸ ਨੂੰ ਅਸੀਂ ਬਾਹਰ ਕੱਢ ਦਾਂਗੇ ਜਿਹਨਾਂ ਕੋਲ ਪੇਪਰ ਨਹੀਂ ਹੈ ਜਾਂ ਇਲੀਗਲ ਇਮੀਗ੍ਰੈਂਟ, ਅਤੇ ਮੈਂ ਸਮਝਦਾ ਕਿ ਅਮਰੀਕਾ ਦਾ ਗੋਰਾ ਜਿਹੜਾ ਹੈ ਉਹ $5 ਦੇ ਅੰਦਰ, ਜਿਸ ਤਰ੍ਹਾਂ ਦੇ ਇੱਥੇ ਸਪੈਨਿਸ਼ ਵਰਕਰ ਕੰਮ ਕਰਦੇ ਆ ਰੈਸਟੋਰੈਂਟ ਦੇ ਅੰਦਰ, ਅਗਰ ਇਹ ਸਾਰੇ ਮੈਕਸੀਕਨ ਵਾਪਸ ਚਲੇ ਗਏ ਤਾਂ ਅਮਰੀਕਾ ਦਾ ਜਿਹੜਾ ਇਹ ਖਾਣ ਪੀਣ ਦਾ ਇੰਤਜ਼ਾਮ ਹੈ ਇਹ ਹੀ ਬੰਦ ਹੋ ਜਾਏਗਾ। ਅਤੇ ਦੂਸਰਾ ਇਹ ਤਮਾਮ ਚੀਜ਼ਾਂ ਚੂੰਕਿ ਇਸੇ ਕਰਕੇ ਕਰ ਰਿਹਾ ਕਿ ਉਹਨੂੰ ਵੋਟ ਲੈਣੇ ਆ, ਲੇਕਿਨ ਆਉਣ ਵਾਲੇ ਵਕਤਾਂ ਦੇ ਅੰਦਰ ਹੁਣ ਜਿਹੜਾ ਉਹਨਾਂ ਨੇ ਨਵਾਂ ਇਮੀਗ੍ਰੇਸ਼ਨ ਦੇ ਜਿਹੜੇ ਨਵੇਂ ਚੀਫ ਬਣਾਏ ਆ ਉਹ ਵੀ ਬਹੁਤ ਹੀ ਯਾਨੀ ਵਾਈਟ ਨੈਸ਼ਨਲਿਜ਼ਮ ਨੂੰ ਯਾਨੀ ਪ੍ਰਮੋਟ ਕਰਦੇ ਆ, ਅਤੇ ਕੋਈ ਬਈਦ ਨਹੀਂ ਆ ਕਿ ਆਉਣ ਵਾਲੇ ਵਕਤਾਂ ਦੇ ਅੰਦਰ ਇਹ ਜਿਹੜੇ ਛਾਪੇ ਆਈਸ ਜਿਹੜੀ ਇਹਨਾਂ ਨੇ ਬਣਾਈ ਸੀ ਹੋਰ ਇਹ ਛਾਪੇ ਮਾਰ ਕੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਉਹ ਘੱਲਣ। ਲੇਕਿਨ ਗੱਲ ਇਹ ਕਿ ਇੱਥੇ ਤਕਰੀਬਨ ਕਮੋਬੇਸ਼ 2 ਕਰੋੜ ਲੋਕ ਜਿਹੜੇ ਆ ਉਹ ਅਨਡਾਕੂਮੈਂਟਡ ਲੋਕ ਆ ਜਿਹੜੇ ਆਪਣੇ ਪਰਿਵਾਰ ਦੇ ਨਾਲ ਜਾਂ ਆਪਣੇ ਕੁੰਬੀਆਂ ਦੀ ਇੱਥੇ ਕਫਾਲਤ ਕਰ ਰਹੇ ਆ, ਔਰ ਗੋਡ ਬਲੈਸ ਅਮੈਰੀਕਾ ਇਸੇ ਕਰਕੇ ਕਿਹਾ ਜਾਂਦਾ ਸੀ ਕਿ ਇੱਥੇ ਜਿਹੜੇ ਵੀ ਇਮੀਗ੍ਰੈਂਟਸ ਆਏ ਇਮੀਗ੍ਰੈਂਟਸ ਨੇ ਅਮਰੀਕਾ ਵਸਾਇਆ, ਜਿਹੜੇ ਇਮੀਗ੍ਰੈਂਟਸ ਆਏ ਉਹ ਇੱਥੇ ਆ ਕੇ ਵੱਸ ਗਏ ਅਤੇ ਉਹਨਾਂ ਦੀ ਜਿਹੜੀ ਪੀੜ੍ਹੀਆਂ ਉਹ ਅੱਜ ਅਮਰੀਕਾ ਦੀ ਜਿਹੜੀ ਇਕੋਨਮੀ ਹੈ ਉਹਦਾ ਹਿੱਸਾ ਹੈ, ਅਤੇ ਬਾਕੀ ਹੈ ਕਿ ਇਹ ਸਾਰੀ ਰਾਜਨੀਤੀ ਹੈ। ਲੇਕਿਨ ਇਮੀਗ੍ਰੈਂਟਸ ਨੂੰ ਜਿਹੜੇ ਜਿਹਨਾਂ ਕੋਲ ਪੇਪਰ ਨਹੀਂ ਆ ਉਹਨਾਂ 'ਤੇ ਬੁਰਾ ਜਿਹੜਾ ਹੈ ਵਕਤ ਜਿਹੜਾ ਹੈ ਉਹ ਆਉਣ ਵਾਲਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਟਰੰਪ ਸਾਹਿਬ ਦੇ ਇਸ ਮੂਵ ਨੂੰ? ਨਹੀਂ, ਮੈਂ ਸਮਝਦਾ ਵੀ 2020 ਲਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਹੀ ਇਜ਼ ਅਗੇਨ ਥਰੋਇੰਗ ਹਿਜ਼ ਹੈਟ ਇਨ ਦਾ ਰਿੰਗ, ਔਰ ਉਹਦੇ ਲਈ ਉਹ ਟੋਨ ਸੈੱਟ ਕਰ ਰਿਹਾ, ਔਰ ਉਹਦੇ ਥੱਲੇ ਹੀ ਪਹਿਲਾਂ ਮੈਕਸੀਕੋ ਨੂੰ ਹੋਇਆ ਜੀ ਡੀਲ ਹੋ ਗਈ, ਕੀ ਹੋਇਆ ਉਹ ਵਿੱਚ ਗੁਪਤਾ ਐਵੇਂ ਦੱਸ ਰਹੇ ਨੇ ਜਿਵੇਂ ਬਹੁਤ ਵੱਡੀ ਜਿੱਤ ਹਾਸਲ ਕਰ ਲਈ ਹੈ। ਚਾਈਨਾ ਦੇ ਨਾਲ ਜੋ ਚੱਲ ਰਿਹਾ ਉਹ ਵੀ 2020 ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ, ਔਰ ਈਰਾਨ ਦੇ ਨਾਲ ਜਿਹੜਾ ਇਹ ਹੈ ਜੀ 2 ਟੈਂਕਰ ਡੋਬ ਦਿੱਤੇ, ਹੁਣ ਕਹਿ ਦਿੱਤਾ ਜੀ ਸਾਡਾ ਡਰੋਨ ਵੀ ਉਹਨਾਂ ਨੇ ਸੁੱਟ ਲਿਆ, ਔਰ ਇਹ ਵੋ। ਕਿਉਂਕਿ ਦੇਖੋ ਉੱਥੇ 2 ਕਿਸਮ ਦੀਆਂ ਲੋਬੀਜ਼ ਕੰਮ ਕਰ ਰਹੇ, ਔਰ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ 2020 ਤੋਂ ਪਹਿਲਾਂ ਜੇ ਕੋਈ ਸਮਾਲ ਕਿਤੇ ਨਾ ਕਿਤੇ ਵਾਰ ਦਾ ਵੀ ਪੰਗਾ, ਹਾਲਾਂ ਟਰੰਪ ਦੇ ਆਪਣੇ ਏਜੰਡੇ 'ਤੇ
ਬਾਹਰ ਕਿਸੇ ਨਾਲ ਵਾਰ ਦੀ ਗੱਲ ਨਹੀਂ ਹੁੰਦਾ, ਪਹਿਲਾਂ ਕੈਂਪੇਨ ਹੀ ਵੀ ਅਸੀਂ ਇਰਾਕ ਚੋਂ ਵੀ ਵਾਪਸ ਕੱਢਾਂਗੇ, ਅਫਗਾਨਿਸਤਾਨ ਚੋਂ ਵੀ ਕੱਢਾਂਗੇ, ਪਰ ਇੱਕ ਲੌਬੀ ਜਿਹੜੀ ਵਾਈਟ ਹਾਊਸ ਪੈਂਟਾਗਨ ਦੇ ਵਿੱਚ ਜਿਸ ਨੂੰ ਇਸ ਵੇਲੇ ਉਹਨਾਂ ਦਾ ਸੈਕਟਰੀ ਆਫ ਸਟੇਟ ਜਾਂ ਸੈਕਟਰੀ ਆਫ ਡਿਫੈਂਸ ਲੀਡ ਕਰ ਰਹੇ ਨੇ, ਉਹ ਕਨਫਰੰਟੇਸ਼ਨ ਦੀ ਹੈ। ਸੋ ਉਸੇ ਦੇ ਥੱਲੇ ਇਹ ਹੁਣ ਇਲੈਕਸ਼ਨ ਪੋਸਚਰਿੰਗ ਹੈ ਜਿਹੜੀ ਟਰੰਪ ਕਰ ਰਿਹਾ, ਔਰ ਜ਼ਾਹਿਰ ਹੈ ਇਮੀਗ੍ਰੇਸ਼ਨ ਦੇ ਮਾਮਲੇ 'ਚ ਪਹਿਲਾਂ ਵੀ ਉਹਦੀ ਉਹੀ ਨੀਤੀ ਰਹੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਜਿਵੇਂ ਜੇ 20 ਕਰੋੜ ਜੇ 20 ਮਿਲੀਅਨ ਲੋਕਾਂ ਦੀ ਅਸੀਂ ਗੱਲ ਕਰਦੇ ਹਾਂ, 2 ਕਰੋੜ ਲੋਕਾਂ ਦੀ, ਉਹਨਾਂ ਦੇ ਕੀ ਹੋਏਗਾ, ਅਮਰੀਕਾ ਦਾ ਸਿਸਟਮ ਕਿਵੇਂ ਇਫੈਕਟ ਹੋਏਗਾ, ਆਲਰੇਡੀ ਐਗਰੀਕਲਚਰ ਸੈਕਟਰ ਕਿਉਂਕਿ ਮੈਕਸੀਕਨ ਲੇਬਰ ਆਉਂਦੇ ਸੀ ਉਹ ਇਫੈਕਟ ਹੋ ਰਿਹਾ, ਫਿਰ ਇਹਨਾਂ ਦੇ ਰੈਸਟੋਰੈਂਟਸ ਦੂਜੇ ਤੀਜੇ, ਪਰ ਇਸ ਸਟੇਜ ਦੇ ਉੱਤੇ ਟਰੰਪ ਜਿਹੜਾ ਉਹ ਸਿਰਫ ਤੇ ਸਿਰਫ ਆਪਣੀ ਦੂਸਰੇ ਟਾਈਮ ਦੀ ਬਿੱਡ ਦੇ ਲਈ ਇੱਕ ਐਟਮੋਸਫੇਅਰ ਕ੍ਰੀਏਟ ਕਰ ਰਿਹਾ ਕਿ ਆਈ ਐਮ ਏ ਟਫ ਮੈਨ ਐਂਡ ਆਈ ਐਮ ਦਾ ਓਨਲੀ ਵਨ ਹੂ ਕੈਨ ਡੂ ਇਟ। ਜੀ, ਸੋ ਜਿਹੜੇ ਵਿਊਅਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਉਮੀਦ ਕਰਦੇ ਹਾਂ ਅੱਜ ਦੀ ਇਹ ਸਾਡੀ ਜਿਹੜੀ ਪੈਨਲ ਡਿਸਕਸ਼ਨ ਸੀ, ਸਾਰੇ ਇਸ਼ੂਜ਼ ਭਾਵੇਂ ਉਹ ਸਾਊਥ ਏਸ਼ੀਆ ਨਾਲ, ਦੋਵੇਂ ਪੰਜਾਬਾਂ ਨਾਲ, ਇੰਡੀਆ ਪਾਕਿਸਤਾਨ ਦੇ ਨਾਲ ਸੰਬੰਧਿਤ ਹੋਣ, ਜਾਂ ਅਸੀਂ ਇੱਥੋਂ ਦੇ ਜਿਹੜੇ ਵੈਸਟ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਨੌਰਥ ਅਮਰੀਕਾ ਦੇ ਵਿੱਚ, ਇਹ ਇਸ਼ੂਜ਼ ਬਾਰੇ ਵਿਚਾਰ ਚਰਚਾ ਕੀਤੀ ਹੈ, ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਇੱਦਾਂ ਦੀਆਂ ਵਿਚਾਰ ਚਰਚਾਵਾਂ, ਡਿਸਕਸ਼ਨਸ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹੀਏ। ਸੋ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।